परम सत्कार योग सतगुरु सवारी सात संगत जियो गुरु नानक पिता महाराज जी दे दसवें स्वरूप कलगियां वाले पिता जी खालसा पंच दे सिरजन सिरजना करन वाले चार साहबजादे ते माता पिता नूं शहीद करवाउण वाले गुरु गोबिंद सिंह पिता महाराज जी दा ज्योति जोत समाण वाला दिन अज आपां सारे सतसंगी रल मिल के मना रहां जिन्हां दे संबंध विच सेवक परिवार वालों अखंड जापां दे भोग ते लंगरां दी सेवा रब्बी बाणी दे शब्द कीर्तन भाई अवतार सिंह जी दी रचना तों ते सतगुरु पिता महाराज जी दी मेहर दे पातर निम्रता विच रहण वाले गुरु घर दे विद्वान वीर भाई सुखदेव सिंह जी साजन ਜਿਨ੍ਹਾਂ ਦੀ ਰਚਨਾ ਤੋਂ ਸਤਿਗੁਰੂ ਦੀ ਪੁਸਤਕ ਸੁਣੀ ਹੈ ਆਓ ਹੁਣ ਕੁਛ ਸਮਾਂ ਕਲਗੀਧਰ ਪਿਤਾ ਜੀ ਜਿਵੇਂ ਮੇਰ ਵਰਤਾ ਰਹੇ ਨੇ ਆਪ ਸੰਗਤਾਂ ਦੀ ਅਸੀਸ ਮਿਲ ਰਹੀ ਹੈ ਮੈਂ ਆਪ ਜੀ ਦੇ ਸਨਮੁਖ ਸਤਿਗੁਰੂ ਦੀ ਵਡਿਆਈ ਪ੍ਰਾਰੰਭ ਕਰਾਂ ਫਤਿਹ ਬੁਲਾਓ ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜੀ ਦਾ ਇੱਕ ਆਪਣਾ ਮਹਾਨ ਪਵਿੱਤਰ ਬਚਨ ਹੈ ਚਿਤ ਨਾ ਪਇਓ ਖਮਰੋ ਆਵਨ ਕੈ ਚੁਭੀ ਰਖੀ ਸੁਰਤ ਪ੍ਰਭੂ ਚਰਨਨ ਮੈਂ ਹਜ਼ੂਰ ਆਪਣੇ ਇਹ ਸਰੂਪ ਧਾਰਨ ਕਰਨ ਤੋਂ ਪਹਿਲਾਂ ਦਾ ਜ਼ਿਕਰ ਕਰਦੇ ਹੋਏ ਫੁਰਮਾ ਰਹੇ ਨੇ ਮੇਰਾ ਬਿਲਕੁਲ ਚਿੱਤ ਨਹੀਂ ਸੀ ਚਾਹੁੰਦਾ ਮੈਂ ਇਸ ਜਗਤ ਦੇ ਅੰਦਰ ਪ੍ਰਵੇਸ਼ ਕਰਾਂ ਇਸ ਰੂਪ ਦੇ ਅੰਦਰ ਪੁੱਛਿਆ ਹਜ਼ੂਰ ਆਪ ਜੀ ਨੂੰ ਜਗਤ ਨਾਲ ਕੋਈ ਨਫ਼ਰਤ ਸੀ ਜਗਤ ਤੇ ਨਹੀਂ ਸੀ ਆਉਣਾ ਚਾਹੁੰਦੇ ਜਾਂ ਜਗਤ ਦੇ ਸੰਬੰਧ ਅੰਦਰ ਤੁਹਾਡੇ ਅੰਦਰ ਕੋਈ ਗਿਲੇ ਤੇ ਸ਼ਿਕਵੇ ਸੀ ਜਾਂ ਇਹ ਰੱਬ ਦੇ ਬਣਾਏ ਹੋਏ ਦਿਸ ਦੇ ਜਗਤ ਦੇ ਅੰਦਰ ਕੋਈ ਘਾਟ ਕਮਜ਼ੋਰੀ ਸੀ ਜਿਸ ਸਦਕਾ ਤੁਸੀਂ ਇਹ ਜਗਤ ਵਿੱਚ ਆਉਣਾ ਪਸੰਦ ਨਹੀਂ ਸੀ ਕਰ ਰਹੇ ਤੁਹਾਡਾ ਫੁਰਮਾਨ ਹੀ ਚਿੱਤ ਨਾ ਪਇਓ ਖਮਰੋ ਆਵਨ ਕੈ ਚਿੱਤ ਨਹੀਂ ਸੀ ਚਾਹੁੰਦਾ ਮੈਂ ਆਵਾਂ ਕਹਿਣ ਲੱਗੇ ਨਹੀਂ ਐਸਾ ਕਦੇ ਨਾ ਭੁੱਲ ਕੇ ਸੋਚਣਾ ਇਹ ਤਾਂ ਮੇਰੇ ਨਿਰੰਕਾਰ ਦੀ ਰਚਨਾ ਹੈ ਉਹ ਸਾਈਂ ਦੇ ਇਹਨੂੰ ਮੈਂ ਮਾੜਾ ਜਾਂ ਨਫ਼ਰਤ ਕਿਵੇਂ ਕਰ ਸਕਦਾ ਜਾਂ ਜਗਤ ਦੇ ਪ੍ਰਤੀ ਕੋਈ ਗਿਲੇ ਤੇ ਸ਼ਿਕਵੇ ਨਹੀਂ ਫੇਰ ਕਹਿਣ ਲੱਗੇ ਕਾਰਨ ਇੱਕੋ ਮੇਰੀ ਸੁਰਤ ਪ੍ਰਭੂ ਦੇ ਚਰਨਾਂ ਵਿੱਚ ਜਦੋਂ ਜੁੜੇ ਇਤਨਾ ਆਨੰਦ ਮਿਲ ਰਿਹਾ ਸੀ ਉਸ ਆਨੰਦ ਨੂੰ ਛੱਡਣ ਨੂੰ ਜੀ ਨਹੀਂ ਸੀ ਚਾਹੁੰਦਾ ਤੇ ਹੁਣ ਤੱਕ ਕਲਗੀਧਰ ਪਿਤਾ ਜੀ ਦਾ ਜੀਵਨ ਸਾਰਾ ਜੀਵਨ ਉਹਨਾਂ ਦਾ ਪੜੀਏ ਤੇ ਤੁਹਾਨੂੰ ਉਹਨਾਂ ਦੇ ਇੱਕ ਇੱਕ ਪਲ ਦੀ ਘਟਨਾ ਵਿੱਚੋਂ ਇਸ ਗੱਲ ਦੇ ਅਰਥ ਕੁੰਦੇ ਮਿਲਣਗੇ ਜਿੰਨੇ ਵੀ ਇੱਕ ਵਾਰ ਕਲਗੀਆਂ ਵਾਸਤੇ ਪਿਤਾ ਦਾ ਦੀਦਾਰ ਕੀਤਾ ਇੱਕ ਵਾਰ ਗੁਰੂ ਗੋਬਿੰਦ ਸਿੰਘ ਪਿਤਾ ਜੀ ਦੇ ਦਰਸ਼ਨ ਕਰਕੇ ਉਸ ਦਾ ਅੰਦਰ ਤ੍ਰਿਪਤ ਹੋਇਆ ਉਹਦਾ ਜੀ ਨਹੀਂ ਚਾਹੁੰਦਾ ਵੀ ਉਸ ਗੁਰੂ ਗੋਬਿੰਦ ਸਿੰਘ ਪਿਤਾ ਨੂੰ ਛੱਡ ਕੇ ਕਿਸੇ ਹੋਰ ਪਾਸੇ ਜਾਵੇ ਉਹਨਾਂ ਦਾ ਤੇ ਚਿੱਤ ਨਹੀਂ ਚਾਹੁੰਦਾ ਰੱਬ ਨੂੰ ਛੱਡਣ ਨੂੰ ਤੇ ਜਗਤ ਦਾ ਚਿੱਤ ਨਹੀਂ ਚਾਹੁੰਦਾ ਕਲਗੀਆਂ ਵਾਲੇ ਪਿਤਾ ਜੀ ਤੁਹਾਡੇ ਚਰਨਾਂ ਨੂੰ ਛੱਡਣ ਨੂੰ ਕਿਉਂਕਿ ਇਹ ਤਾਂ ਤੁਹਾਡੀ ਵਡਿਆਈ ਹੈ ਇੱਕ ਹੋ ਕੇ ਵੀ ਆਪਣੇ ਆਪ ਨੂੰ ਇਹ ਕਹਿੰਦੇ ਹੋ ਮੈਂ ਕੋ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ
ਇਹ ਤੁਹਾਡੀ ਨਿਮਰਤਾ ਜਦੋਂ ਤੁਸੀਂ ਇਹ ਫੁਰਮਾਉਂਦੇ ਹੋ ਕਿ ਮੋਕੋ ਦਾਸ ਤਵਨ ਕਾ ਜਾਨੋ, ਮੈਨੂੰ ਉਸ ਮਾਲਕ ਦਾ ਦਾਸ ਸਮਝੋ, ਇਹ ਤੁਹਾਡੀ ਨਿਮਰਤਾ ਤੇ ਤੁਹਾਡੇ ਅੰਦਰ ਦੀ ਗਰੀਬੀ ਭਾਵ ਜੋ ਸਾਡੀ ਝੋਲੀ ਪਾਉਣਾ ਚਾਹੁੰਦੇ ਹੋ ਇਹ ਉਹਦੇ ਮੁਤਾਬਕ ਬਚਨ ਨੇ। ਪਰ ਜਰਾ ਕੁ ਸਰਸਰੀ ਦੀ ਝਾਤ ਮਾਰਿਆ ਜੇ ਜਿਸ ਗੁਰੂ ਸਰੂਪ ਦਾ ਅੱਜ ਦੇ ਦਿਨ ਸਮੁੱਚੀ ਕੌਮ ਨੂੰ ਵਿਛੋੜਾ ਪਿਆ, ਪਿਆਰਿਓ ਜਿਸ ਸਰੂਪ ਤੋਂ ਸਦਾ ਲਈ ਮਨੁੱਖਤਾ ਵਾਂਝੀ ਹੋਏ, ਸ਼ਬਦ ਦੇ ਰੂਪ ਅੰਦਰ ਸਤਿਗੁਰੂ ਅੱਜ ਵੀ ਮੌਜੂਦ ਨੇ ਤੇ ਉਦੋਂ ਪਹਿਲਾਂ ਵੀ ਮੌਜੂਦ ਸਨ। ਮੈਂ ਗੱਲ ਕਰ ਰਿਹਾ ਕਲਗੀਆਂ ਵਾਲੇ ਪਿਤਾ ਦੇ ਉਸ ਮਹਾਨ ਪਵਿੱਤਰ ਸਰੂਪ ਦੀ। ਕਮਾਲ ਵੇਖੋਗੇ ਗੁਰੂ ਤੇ ਪਿਆਰਿਓ, ਸਾਹਿਬ ਕਹਿੰਦੇ ਮੇਰੀ ਸੁਰਤ ਉੱਚੇ ਜੁੜੀ ਸੀ ਪ੍ਰਭੂ ਚਰਨਾਂ ਦੇ ਨਾਲ, ਤੇ ਜਿਨ੍ਹਾਂ ਦੇ ਘਰ ਆਉਣਾ ਹੈ ਮਾਂ ਗੁਜਰੀ ਤੇ ਗੁਰੂ ਤੇਗ ਬਹਾਦਰ ਪਿਤਾ ਜੀ ਬਾਬੇ ਬਕਾਲੇ ਦੀ ਧਰਤੀ ਤੇ ਸੁਰਤ ਜੋੜ ਕੇ ਉਹ ਇਸ ਜਗ੍ਹਾ ਤੇ ਬੈਠੇ ਨੇ। ਜਿਨੇ ਆਉਣਾ ਉਹ ਵੀ ਜੁੜਿਆ, ਜਿਹਦੇ ਘਰ ਆਉਣਾ ਉਹ ਵੀ ਜੁੜੇ ਬੈਠੇ ਨੇ। ਲਗਾਤਾਰ ਕਈ ਸਾਲ ਗੁਜ਼ਰਦੇ ਕਹਿਣ ਸਤਸੰਗਿਓ, ਸਾਹਿਬ ਕਹਿੰਦੇ ਮਾਂ ਭੋਰੇ ਤੋਂ ਬਾਹਰ ਬੈਠ ਕੇ ਬੰਦਗੀ ਕਰ ਰਹੀ ਹੈ, ਪਿਤਾ ਜੀ ਭੋਰੇ ਦੇ ਅੰਦਰ ਬੈਠ ਕੇ ਬੰਦਗੀ ਕਰ ਰਹੇ ਨੇ। ਤੇ ਜਦੋਂ ਪਟਨੇ ਦੀ ਧਰਤੀ ਤੇ ਸਤਿਗੁਰੂ ਪਿਤਾ ਜੀ ਦਾ ਪ੍ਰਕਾਸ਼ ਹੋਇਆ, ਪ੍ਰਕਾਸ਼ ਪਟਨੇ ਦੀ ਧਰਤੀ ਤੇ ਹੋਇਆ ਏ, ਪਰ ਹਿਰਦਿਆਂ ਦੇ ਅੰਦਰ ਪ੍ਰਭੂ ਨੂੰ ਪਿਆਰ ਕਰਨ ਵਾਲੀਆਂ ਆਤਮਾਵਾਂ ਦੁਨੀਆਂ ਦੇ ਕੋਨੇ ਕੋਨੇ ਦੇ ਅੰਦਰ ਇੱਕਦਮ ਚਾਅ ਨਾਲ ਜਿਉਂ ਉੱਠੀਆਂ, ਤੇ ਭੀਖਣ ਸ਼ਾਹ ਕਢਾਉਣ ਵਿੱਚ ਬੈਠਾ ਹੋਇਆ ਅੱਜ ਉਸ ਦੇ ਬੋਲ ਸੁਣਨ ਵਾਲੇ ਨੇ। ਅੱਗੇ ਸਿਜਦਾ ਪੱਛਮ ਨੂੰ ਕਰਦਾ ਸੀ, ਅੱਜ ਪੂਰਬ ਨੂੰ ਸਿਰ ਝੁਕਿਆ। ਅੱਗੇ ਪਿਆਰਿਓ ਮੱਕੇ ਵੱਲ ਖੱਚ ਜੁੜਦੇ ਸਨ, ਅੱਜ ਪੂਰਬ ਵੱਲ ਖੱਚ ਜੁੜੀ ਜਾ ਰਹੇ ਨੇ। ਅੱਗੇ ਮੂੰਹ ਤੋਂ ਨਿਵਾਜ ਦੇ ਬਚਨ ਨਿਕਲਦੇ ਸਨ, ਅੱਜ ਮੁੱਖ ਤੋਂ ਗੁਰੂ ਨਾਨਕ ਦੇ ਘਰ ਦੀ ਸ਼ੋਭਾ ਹੋਣ ਲੱਗ ਪਈ ਹੈ। ਅੱਗੇ ਸਾਧ ਸੰਗ ਗੋਡਿਆਂ ਪਰਨੇ ਹੋ ਕੇ ਇਸਲਾਮੀ ਢੰਗ ਨਾਲ ਉਸ ਅੱਲਾ ਦੀ ਯਾਦ ਵੀ ਜੁੜਦਾ ਸੀ। ਅੱਜ ਪੂਰਬ ਦੀ ਧਰਤੀ ਤੇ ਕਿਸੇ ਦੇ ਆਉਣ ਦੀ ਖੁਸ਼ੀ ਤੇ ਆਮਦ ਅੰਦਰ ਅੱਜ ਸਾਰਾ ਤੌਰ ਤਰੀਕਾ ਜਦੋਂ ਬਦਲਿਆ, ਤੇ ਮੁਰੀਦ ਪੁੱਛਣ ਲੱਗੇ ਪੀਰ ਜੀਓ ਸਾਨੂੰ ਅੱਗੇ ਸ਼ਰ੍ਹਾਂ ਦਾ ਸਬਕ ਪੜ੍ਹਾਉਂਦੇ ਸੀ, ਅੱਜ ਸ਼ਰ੍ਹਾਂ ਦੀ ਉਲੰਘਣਾ ਖੁਦ ਕਿਉਂ ਕਰ ਰਹੇ ਹੋ? ਸਾਨੂੰ ਮੱਕੇ ਵੱਲ ਸਿਜਦਾ ਕਰਾਉਣ ਵਾਲੇ ਹੋ, ਅੱਜ ਪੂਰਬ ਵੱਲ ਕਿਹਨੂੰ ਸਿਜਦਾ ਕਰਦੇ ਹੋ? ਤੇ ਜਵਾਬ ਕਿਹੜਾ ਪਿਆਰਾ ਦਿੱਤਾ ਨੇ, ਕਹਿਣ ਲੱਗੇ ਮੈਂ ਕੀ ਕਰਾਂ, ਅੱਗੇ ਅੱਲਾ ਦੇ ਘਰ ਵੱਲ ਨੂੰ ਮੂੰਹ ਕਰਕੇ ਸਿਜਦਾ ਕਰਦਾ ਸਾਂ, ਅੱਜ ਉਹ ਅੱਲਾ ਆਪ ਪਟਨੇ ਦੀ ਧਰਤੀ ਪੂਰਬ ਵਿੱਚ ਆ ਕੇ ਪ੍ਰਕਾਸ਼ਮਾਨ ਹੋ ਗਿਆ। ਅੱਗੇ ਉਹਦੇ ਘਰ ਨੂੰ ਨਮਸਕਾਰ ਸਨ, ਹੁਣ ਕਹਿੰਦੇ ਆਪ ਆ ਗਿਆ ਏ, ਮੈਂ ਉਹਨੂੰ ਨਮਸਕਾਰ ਕਰਾਂ। ਉਹਦਾ ਘਰ ਤਾਂ ਸੋਹਣਾ ਕਿਉਂਕਿ ਉਹਦਾ ਏ, ਜਿੱਥੇ ਉਹ ਬੈਠਾ ਹੋਵੇ ਸਜਦੇ ਤਾਂ ਉੱਚੇ ਹੋਣਗੇ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ ਨਾ, ਉਹ ਜਿਵੇਂ ਕਹਿੰਦੇ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਨ ਚਾਪਨ ਸੋਹਾ, ਜਿਸ ਧਰਤੀ ਤੇ ਮੇਰੇ ਸਾਹਿਬ ਜੀ ਨੇ ਚਰਨ ਪਾਏ ਉਹ ਧਰਤੀ ਪੂਜਨ ਯੋਗ ਹੋ ਗਈ। ਪਿਆਰਿਓ ਭੀਖਣ ਸ਼ਾਹ ਇੱਕਦਮ ਪਹੁੰਚਦਾ ਪਟਨੇ ਦੀ ਧਰਤੀ ਤੇ, ਵੇਖੋ ਸੁਰਤੀ ਵਿੱਚ ਹੀ ਪ੍ਰਕਾਸ਼ ਹੋ ਗਿਆ ਤੇ ਦੀਦਾਰ ਕਰ ਰਿਹਾ ਏ ਇਤਨੀ ਦੂਰ ਬੈਠਾ, ਤੇ ਜਦੋਂ ਹਜ਼ੂਰ ਦੇ ਚਰਨਾਂ ਚ ਬੈਠਾ ਏ, ਮਾਮਾ ਕਿਰਪਾਲ ਜੀ ਦੀਦਾਰ ਨਹੀਂ ਖੋਣ ਦੇ ਰਹੇ। ਮਾਂ ਨਾਨਕੀ ਕਹਿੰਦੀ ਲਾਲ ਜੀ ਨੂੰ ਅਜੇ ਨਵੇਂ ਗੁਰਦੇਵ ਦਾ ਹੁਕਮ ਨਹੀਂ ਪਈ, ਅਜੇ ਸੰਗਤਾਂ ਨੂੰ ਖੁੱਲੇ ਦੀਦਾਰ ਕਰਾਏ ਜਾਣ, ਅਜੇ ਪਰਦੇ ਵਿੱਚ ਰੱਖਣ ਦਾ ਹੁਕਮ ਏ, ਆਮ ਖੁੱਲੇ ਦੀਦਾਰ ਨਹੀਂ ਖੋਣੇ। ਪਰ ਭੀਖਣ ਸ਼ਾਹ ਦਰਵਾਜੇ ਤੇ ਬਹਿ ਗਿਆ ਏ, ਆ ਕੇ ਕਹਿਣ ਲੱਗਾ ਜੀਓ ਦੀਦਾਰ ਕਰਨੇ ਖਨ ਅੱਲਾ ਦੇ ਨੂਰ ਦੇ। ਤੇ ਅੱਗੋਂ ਜਵਾਬ ਮਿਲਿਆ, ਸਾਈਂ ਜੀ ਪੀਰ ਜੀ ਅਦਬ ਸਹਿਤ ਤੁਹਾਨੂੰ ਬਿਨੈ ਕਰਦੇ ਆ, ਪ੍ਰਸ਼ਾਦ ਸ਼ਕੋ ਆਪ ਜੀ ਤੁਹਾਡੇ ਰਹਿਣ ਬਸੇਰੇ ਲਈ ਮਕਾਨ ਦਿੰਦੇ ਖਾਂ, ਕੁਝ ਦੱਛਣਾ ਚਾਹੀਦੀ ਹੋਵੇ ਤੁਹਾਡੀ ਸੇਵਾ ਵਿੱਚ ਆਪਣੇ ਵੱਲੋਂ ਕੁਝ ਨਾ ਕੁਝ ਭੇਟਾ ਵੀ ਕਰਦੇ ਆ, ਪਰ ਅਜੇ ਉਸ ਦੇ ਦੀਦਾਰ ਨਹੀਂ ਖੋਣੇ। ਕਹਿਣ ਲੱਗੇ ਠੀਕ ਏ,
मैं इस दरवाजे ते बह जाना। पीर जी खोल सकदा है अजे 15-20 दिन मखीना गुरु पिता वालों आग्या ना होवे, तुसीं जिद ना करो, तुसीं किसी जगह ते ठहर जाओ, तुहाडा टिकाणा कराइए, दरवाजे ते ना बैठो, इहदे नाल भुखे प्यासे ना रहो। ते भीखण शाह दा अंदर किचे खलोता है, कहन लगा ऐ मामा किरपाल चंद जी, मां नानकी जी तुहानू चिंता करन दी लोड़ नहीं, 15-20 दिन मखीने दी गल नहीं, ਇਹ ਸਾਹਿਬ ਦੇ ਦਰ ਤੇ ਬੈਠ ਕੇ ਜਿਹੜਾ ਅੰਦਰ ਨੂੰ ਆਤਮਕ ਆਨੰਦ ਮਿਲ ਰਿਹਾ ਹੈ ਨਾ, ਜੇ ਜ਼ਿੰਦਗੀ ਭਰ ਵੀ ਕਹੋਗੇ ਇਸ ਦਰਵਾਜੇ ਤੇ ਬੈਠਾ ਰਹੋ ਤੇ ਭੁੱਖਾ ਤੇ ਪਿਆਸਾ ਬੈਠਾ ਰਹਾਂਗਾ, ਇਸ ਦਰ ਨੂੰ ਛੱਡਣ ਨੂੰ ਜੀ ਨਹੀਂ ਚਾਹੁੰਦਾ। ਕਿਉਂ? ਕਿਉਂਕਿ ਇਥੋਂ ਕੁਝ ਅੰਦਰ ਦੀ ਗੱਲ ਸਾਂਝ ਬਣੀ ਹੋਈ ਹੈ। ਸਾਹਿਬ ਨੇ ਕਿਹਾ ਸੀ ਚੁਭੀ ਰੱਖੀ ਸੁਰਤ ਪ੍ਰਭੂ ਚਰਨਨ ਮੈਂ, ਭੀਖਣ ਸ਼ਾਹ ਕਹਿੰਦੇ ਮੇਰੀ ਸੁਰਤ ਚੁੱਭ ਗਈ ਉਸ ਪਿਆਰੇ ਦੀ ਜਿਹਦਾ ਅਜੇ ਨਾਮ ਵੀ ਕੋਈ ਨਹੀਂ ਪਤਾ। ਸਤਸੰਗੀ ਜਣੋ, ਗੁਰੂ ਦਾ ਕਿਹੜਾ ਨਾਂ ਰੱਖੋਗੇ, ਸਾਰੇ ਉਹਦੇ ਨਾਂ ਨੇ, ਮਾਲਕ ਦਾ ਕੋਈ ਇੱਕ ਨਾਂ ਹੈ। ਸਾਹਿਬ ਕਹਿੰਦੇ ਤੇਰੇ ਨਾਮ ਅਨੇਕਾਂ ਰੂਪ ਅਨੰਤਾ, ਕਹਿ ਨਾ ਜਾਈ ਤੇਰੇ ਗੁਣ ਕੇਤੇ, ਮੇਰੇ ਸਾਹਿਬ ਦਾ ਕੋਈ ਨਾਂ ਨਹੀਂ, ਸਾਰੇ ਨਾਂ ਉਹਦੇ ਆਪਣੇ ਨੇ। ਸਤਸੰਗ ਤੇ ਭੀਖਣ ਸ਼ਾਹ ਨੇ ਹੋਇਆ ਕਿ ਕਹਿੰਦਾ ਉਸ ਦਰ ਤੇ ਬੈਠਾਂਗਾ, ਦਰ ਛੱਡ ਨੂੰ ਜੀ ਨਹੀਂ ਕਰਦਾ, ਹਜ਼ੂਰ ਦੇ ਦਰ ਤੇ ਬੈਠਾ, ਇਹਦੀ ਸਿਰਕ ਤੇ ਭਾਵਨਾ ਨੂੰ ਵੇਖ ਕੇ ਮੇਰੇ ਕਲਗੀਆਂ ਵਾਲੇ ਪਿਤਾ ਦੇ ਦੀਦਾਰ ਕਰਾਣੇ ਪੈ ਗਏ ਤੇ ਚਰਨਾਂ ਨੂੰ ਛੂੰਹ ਆਏ। ਪਰ ਸਭ ਤੁਸੀਂ ਜਾਣਦੇ ਹੋ ਭਈ ਉਦੋਂ ਅੰਦਰ ਇੱਕ ਦੋ ਕੁਜੀਆਂ ਭਰ ਕੇ ਲੈ ਆਇਆ ਪਾਣੀ ਤੇ ਦੁੱਧ ਨਾਲ। ਮੈਂ ਪੁੱਛਣਾ ਚਾਹਾਂਗਾ ਅੱਜ ਧਰਤੀ ਤੇ ਅੱਲਾ ਦੇ ਨੂਰ ਆਉਣ ਵਾਲੇ ਆ, ਇਸਲਾਮ ਨੂੰ ਪਿਆਰ ਕਰੇਗਾ ਕਿ ਕੇਵਲ ਹਿੰਦੂ ਧਰਮ ਲੋ? ਤੇ ਬਾਲਾ ਪ੍ਰੀਤਮ ਨੇ ਦੋਵੇਂ ਕੁਜੀਆਂ ਤੇ ਹੱਥ ਮਾਰ ਕੇ ਮਿਲਾ ਦਿੱਤਾ, ਮੈਂ ਇੱਕ ਨੂੰ ਪਿਆਰ ਕਰ ਇੱਕ ਨੂੰ ਮੈਂ ਤਰਸਕਾਰਨ ਨਹੀਂ ਆਇਆ, ਦੋਨਾਂ ਨੂੰ ਪਿਆਰ ਕਰਕੇ ਜਿਵੇਂ ਦੁੱਧ ਤੇ ਪਾਣੀ ਮਿਲ ਗਿਆ, ਮੈਂ ਦੋਨਾਂ ਨੂੰ ਰੱਬ ਨਾਲ ਮਿਲਾਉਣ ਲਈ ਆਇਆ, ਮੈਂ ਵਿਛੋੜੇ ਨਹੀਂ ਪਾਣੇ, ਮੈਂ ਜੋੜਨ ਆਇਆ ਵਾਂ। ਸਤਸੰਗੀ ਜਣੋ, ਤਾਂ ਹੀ ਉਸ ਕਲਗੀਆਂ ਵਾਲੇ ਪਿਤਾ ਜੀ ਦੀ ਰਸਨਾ ਤੋਂ ਨਿਕਲੇ, ਤੁਰ ਕੀ ਬਾਣੀ ਦੇ ਬਚਨ ਪੜ੍ਹੋ ਤੇ ਸਹਿਬ ਕਹਿੰਦੇ ਕੋ ਪਇਓ ਮੁੰਡਿਆ ਸੰਨਿਆਸੀ ਕੋ ਜੋਗੀ ਪਇਓ। ਸਤਿਗੁਰੂ ਜੀ ਆਖਦੇ ਤਾਂ ਬਾਹਰਲੇ ਨਾਮ ਨੇ, ਕੋਈ ਸੰਨਿਆਸੀ ਹੈ, ਕੋਈ ਮੁਸਲਮਾਨ ਹੈ ਜਾਂ ਕੋਈ ਹਿੰਦੂ ਹੈ, ਗੁਰੂ ਨਾਨਕ ਦੀ ਨਿਗਾਹ ਦੇ ਅੰਦਰ ਕੋਈ ਇਹ ਜਾਤ ਪਾਤ ਤੇ ਵੱਖਰਾ ਧਰਮ ਨਹੀਂ। ਇੱਥੇ ਤਾਂ ਸਾਹਿਬ ਕਹਿੰਦੇ ਅੱਲੇ ਅੱਲੇ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਪਰਮ ਨ ਭੂਲੋ ਭਾਈ, ਨਾ ਭੁਲੇਖੇ ਵਿੱਚ ਰਿਹਾ ਕਰੋ, ਇਹ ਫਰਕ ਨਾ ਪਾਓ। ਤੋ ਖੈਰ ਮੈਂ ਬੇਨਤੀ ਕਰਨ ਲੱਗਾ, ਇਸੇ ਨਗਰੀ ਦੇ ਅੰਦਰ ਜੇ ਪੰਡਿਤ ਸ਼ਿਵ ਦੱਤ ਨੇ ਦੀਦਾਰ ਕੀਤੇ ਤੇ ਚਰਨੀ ਡੇਗ ਕੇ ਕਹਿਣ ਲੱਗਾ ਬਾਲਾ ਪ੍ਰੀਤਮ, ਤੂੰ ਗੰਗਾ ਦੀਆਂ ਲਹਿਰਾਂ ਵਿੱਚ ਇਸ਼ਨਾਨ ਕਰਕੇ ਆਪਣੇ ਮਹਿਲਾਂ ਵਿੱਚ ਜਾਣ ਵਾਲਿਆ, ਅੱਜ ਕੁਛ ਸਮਾਂ ਤੈਨੂੰ ਗੰਗਾ ਦੇ ਕਿਨਾਰੇ ਰੁਕਣਾ ਪਵੇਗਾ। ਆਖਿਆ ਕਾਰਨ, ਕਹਿ ਲੱਗੇ ਜਿਸ ਰਾਮ ਤੇ ਕ੍ਰਿਸ਼ਨ ਦੀ ਤਲਾਸ਼ ਵਿੱਚ ਮੈਂ ਬੰਦਗੀ ਕੀਤੀ, ਅੱਜ ਤੇਰੇ ਸਰੂਪ ਵਿੱਚੋਂ ਮੈਨੂੰ ਉਹਨਾਂ ਦੇ ਦੀਦਾਰ ਹੋ ਰਹੇ ਨੇ, ਮੇਰਾ ਜੀ ਨਹੀਂ ਚਾਹੁੰਦਾ ਮੈਂ ਤੈਨੂੰ ਛੱਡ ਕੇ ਕਿਧਰੇ ਪਰਾਂ ਹੋਣ ਦੇਵਾਂ। ਤੇ ਸਤਿਗੁਰੂ ਨੇ ਤਰਸ ਕੀਤਾ, ਅੰਦਰ ਨੂੰ ਨਿਵਾਜਿਆ ਤੇ ਇਹਨਾਂ ਕੋਲ ਆ ਗਏ ਰਾਜਾ ਫਤਿਹ ਚੰਦ ਮੈਣੀ ਤੇ ਰਾਣੀ। ਦੋਨਾਂ ਨੇ ਕਿਹਾ ਪੰਡਿਤ ਜੀ, ਤੁਹਾਨੂੰ ਸ੍ਰਿਸ਼ਟੀ ਦਾ ਮਾਲਕ ਪਰਮੇਸ਼ਰ ਮਿਲ ਗਿਆ, ਸਾਨੂੰ ਤਾਂ ਇੱਕ ਨਿੱਕੀ ਜਿਹੀ ਮੰਗ ਪੂਰੀ ਕਰਾ ਦਿਓ। ਆਖਿਆ ਕੀ? ਕਹਿਣ ਲੱਗੇ ਇੱਕ ਪੁੱਤ ਚਾਹੀਦਾ ਹੈ। ਕਹਿਣ ਲੱਗੇ ਜਿਹੜਾ ਸਤਿਗੁਰੂ ਮੇਰੀ ਝੋਲੀ ਅੰਦਰ ਨਿਰੰਕਾਰ ਬਿਠਾ ਸਕਦਾ, ਉਹ ਤੁਹਾਡੇ ਵਿਹੜੇ ਅੰਦਰ ਇੱਕ ਪੁੱਤ ਕਿਉਂ ਨਹੀਂ ਬਿਠਾ ਸਕਦਾ? ਉਹਦੇ ਘਰ ਚਲੇ ਜਾਓ, ਜਾਓ ਜਾ ਕੇ ਉਸਦੇ ਚਰਨਾਂ ਵਿੱਚ ਵਿਨੈ ਕਰੋ। ਤੇ ਜਦੋਂ ਤੁਰਨ ਲੱਗੇ
ਤੇ ਚਾਰ ਕਦਮ ਗਏ ਤੇ ਪਿੱਛੋਂ ਆਵਾਜ਼ ਮਾਰ ਕੇ ਰੋਕ ਲਿਆ। ਕਹਿਣ ਲੱਗੇ ਕਿੱਥੇ ਚੱਲੇ ਹੋ? ਆਖਿਆ ਤੇਰੇ ਦੱਸੇ ਮੁਤਾਬਕ ਮਾਂ ਗੁਜਰੀ ਤੇ ਲਾਲ ਕੋਲ। ਕਹਿਣ ਲੱਗੇ ਬੋਲਿਓ, ਕਦੇ ਸਰੀਰ ਲਿਜਾ ਕੇ ਵੀ ਸਤਿਗੁਰੂ ਦੇ ਕੋਲ ਇਹ ਦਾਤਾਂ ਮਿਲੀਆਂ ਨੇ? ਇਸ ਤਰ੍ਹਾਂ ਵੀ ਕਦੇ ਗੁਰੂ ਜੀ ਦੇ ਘਰੋਂ ਕੋਈ ਦਾਤ ਮਿਲੀ ਏ? ਕਿਵੇਂ ਮਿਲੇਗੀ? ਕਹਿਣ ਲੱਗੇ ਜਿਵੇਂ ਭਾਈ ਲਹਿਣਾ ਗੁਰੂ ਨਾਨਕ ਸਾਹਿਬ ਦੇ ਘਰ ਪਹੁੰਚਿਆ ਉਸ ਤਰ੍ਹਾਂ ਸਤਿਗੁਰੂ ਜੀ ਦੇ ਘਰ ਜਾਓ। ਪੁੱਛਿਆ ਜੀ ਉਹ ਕਿਵੇਂ ਗਏ ਸਨ? ਧਿਆਨ ਕਰਨਾ, ਹਰ ਕੋਈ ਸਤਿਗੁਰੂ ਜੀ ਦੇ ਘਰ ਆਉਂਦਾ ਏ, ਪਰ ਉਹਨਾਂ ਦਾ ਅੰਦਾਜ਼ ਵੱਖਰਾ ਚਾਹੀਦਾ ਹੈ। ਗੁਰੂ ਅੰਗਦ ਪਿਤਾ ਦੇ ਆਪਣੇ ਬਚਨ ਨੇ, ਮੇਰੇ ਸਾਹਿਬਾਂ ਦੀ ਪਵਿੱਤਰ ਬਾਣੀ ਦੇ ਅੰਦਰ ਸ਼ਬਦ ਨੇ। ਪਿਆਰਿਓ, ਜਦੋਂ ਸਤਿਗੁਰੂ ਜੀ ਦੇ ਘਰ ਆਉਣਾ ਹੋਵੇ ਉਦੋਂ ਪੈਰ ਬਦਲ ਲਓ, ਹੱਥ ਬਦਲ ਲਓ ਤੇ ਅੱਖਾਂ ਬਦਲ ਲਓ। ਤਿੰਨ ਚੀਜ਼ਾਂ ਬਦਲਣੀਆਂ ਪੈਣਗੀਆਂ। ਥੋੜਾ ਜਿਹਾ ਅੱਜ ਐਤਵਾਰ ਸੰਗਤ ਆ ਵੀ ਰਹੀ ਹੈ, ਬਹਿਣਾ ਵੀ ਖੁੰਡਾ ਏ, ਥੋੜਾ ਜਿਹਾ ਤੁਸੀਂ ਟਿਕਾਓ ਹੋਰ ਵਧੇਰੇ ਬਖਸ਼ੋ। ਤੁਹਾਡੇ ਟਿਕਾਓ ਵਿੱਚੋਂ ਕੀ ਕਥਾ ਬਣਦੀ ਹੈ? ਤੁਹਾਡੇ ਦੀਦਾਰ ਵਿੱਚੋਂ ਗੁਰੂ ਕੀ ਵਡਿਆਈ ਕਿਸੇ ਤਰਤੀਬ ਵਿੱਚ ਬਣ ਬਣ ਕੇ ਨਿਕਲਦੀ ਹੈ? ਕਿਰਪਾ ਕਰੋ, ਜਦੋਂ ਮੇਰੇ ਗੁਰੂ ਦਾਤਾ ਜੀ ਦਾ ਬਚਨ ਕਹਿਣ ਲੱਗਾ ਸਾਂ, ਪੈਰ ਤੇ ਹੱਥ ਅੱਖਾਂ ਬਦਲਣੀਆਂ ਨੇ। ਸਤਿਗੁਰੂ ਜੀ ਆਖਦੇ ਨੇ, ਗੁਰੂ ਦਾ ਅੰਦਰ ਪੈਰ ਰੱਖਣਾ ਇਹ ਮਨ ਨੂੰ ਨਵੇਂ ਅੰਦਰ ਦੇ ਚਰਨ ਨੇ। ਗੁਰੂ ਨੂੰ ਪ੍ਰੇਮ ਕਰਨਾ ਇਹ ਮਨ ਨੂੰ ਉਹ ਨਵੇਂ ਖੱਚ ਨੇ ਜਿਹੜੇ ਗੁਰੂ ਨੂੰ ਸੋਹਣੇ ਲੱਗਦੇ ਨੇ। ਤੇ ਸੁਰਤ ਦੀਆਂ ਅੱਖਾਂ ਲੈ ਕੇ ਜਾਓ, ਸੁਰਤ ਦੇ ਨੇਤਰ ਬਣਾਓ। ਹੁਣ ਸਰੀਰ ਕਹਿ ਤੇ ਜੇਕਰ ਸੁਰਤ ਸਾਡੀ ਘਰ ਗਈ ਕੋਈ ਤੇ ਸਤਿਗੁਰੂ ਜੀ ਦੇ ਕੋਲੋਂ ਕੀ ਮਿਲੇਗਾ? ਕਹਿਣ ਲੱਗੇ, ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ, ਨਾਨਕ ਕਹਿ ਸਿਆਣੀਏ ਇਉਂ ਤੰਤ ਮਿਲਾਵਾ ਹੋਏ। ਕਹਿਣ ਲੱਗੇ ਸੁਰਤ ਬਣਾਓ ਤੇ ਪੰਡਤ ਜੀ ਸਾਨੂੰ ਤਿੰਨੇ ਕੰਮ ਹੀ ਨਹੀਂ ਉਹ ਕਰਨੇ ਆਉਂਦੇ, ਕਿਵੇਂ ਕਰੀਏ? ਤੇ ਉਦੋਂ ਜਵਾਬ ਮਿਲਿਆ ਸੀ, ਘਰ ਚਲੇ ਜਾਓ, ਗੁਰੂ ਕੇ ਸ਼ਬਦ ਦੀ ਆਰਾਧਨਾ ਪ੍ਰਾਰੰਭ ਕਰ ਦਿਓ। ਗੁਰੂ ਦਾ ਧਿਆਨ ਧਰ ਕੇ ਜਦੋਂ ਜੁੜੋਗੇ, ਸਤਿਗੁਰੂ ਘਰ ਚੱਲ ਕੇ ਆਉਣਗੇ। ਇਹ ਦੋਨੋਂ ਜਾ ਕੇ ਜੁੜ ਗਏ, ਘੰਟਿਆਂ ਬੱਧੀ ਇਹ ਗੁਰੂ ਦਾ ਜਾਪ ਕਰਦੇ। ਤੇ ਅੱਜ ਇੱਕ ਦਿਨ ਰਾਣੀ ਐਹੋ ਜੀ ਜੁੜੇ, ਰਾਜਨ ਦੀ ਨੇਤਰ ਖੁੱਲੇ ਨੇ, ਪਰ ਰਾਣੀ ਅਜੇ ਵੀ ਜੁੜੀ ਬੈਠੀ ਏ। ਸਤਿਗੁਰੂ ਜੀ ਘਰ ਆ ਗਏ, ਜਦੋਂ ਆਏ ਹਜ਼ੂਰ ਇਹਦੀ ਗੋਦ ਵਿੱਚ ਬੈਠੇ। ਕਹਿਣ ਲੱਗੇ, ਮਾਂ ਨੇਤਰ ਖੋਲ, ਜਿਸ ਪਿਆਰੇ ਦੀ ਉਡੀਕ ਵਿੱਚ ਬੈਠੀ ਏ ਉਹ ਪਿਆਰਾ ਤੇਰੀ ਗੋਦ ਵਿੱਚ ਬੈਠ ਕੇ ਤੈਨੂੰ ਬੁਲਾ ਰਿਹਾ ਹੈ। ਪਰ ਰਾਣੀ ਨੂੰ ਅੰਦਰੋਂ ਇੰਨਾ ਕੁ ਰਸ ਆ ਰਿਹਾ ਹੈ, ਉਹਦਾ ਅੱਖ ਖੋਲਣ ਨੂੰ ਜੀ ਨਹੀਂ ਚਾਹੁੰਦਾ। ਧਿਆਨ ਕਰਿਆ ਜੇ, ਗੁਰਬਾਣੀ ਤੇ ਗੁਰੂ ਦੇ ਸ਼ਬਦ ਵਿੱਚ ਇੰਨਾ ਰਸ ਹੈ, ਇੰਨੀਆਂ ਰਹਿਮਤਾਂ ਨੇ, ਜਿਹਨੂੰ ਸਤਿਗੁਰੂ ਖੈਰ ਪਾਵੇ, ਤਰਸ ਕਰੇ ਪਿਆਰਿਓ ਉਹ ਦਾਤ ਦੇਵੇ, ਉਹ ਚਾਹੁੰਦਾ ਨੀ ਉਹਨੂੰ ਛੱਡੇ ਕਿਸੇ ਪਾਲਵੇ। ਇਹ ਜੁੜੀ ਕੋਈ ਸੀ ਰਾਣੀ, ਤੇ ਜੁੜ ਕੇ ਦੇ ਨੇਤਰ ਨਾ ਖੁੱਲੇ। ਸਤਿਗੁਰਾਂ ਨੇ ਫਿਰ ਆਵਾਜ਼ ਮਾਰੀ ਮਿੱਠੇ, ਕਹਿਣ ਲੱਗੇ, ਮਾਂ ਜਿਸ ਪਿਆਰੇ ਨੂੰ ਅੰਦਰੋਂ ਵੇਖ ਰਹੀ ਸੁਰਤੀ ਦੀ ਅੱਖ ਨਾਲ, ਉਸ ਪਿਆਰੇ ਨੂੰ ਜਰਾ ਚੰਮ ਦੀ ਅੱਖ ਨਾਲ ਵੀ ਵੇਖਣ ਦਾ ਯਤਨ ਕਰ। ਰਾਣੀ ਦੀ ਅੱਖ ਅਜੇ ਵੀ ਬੰਦ ਏ। ਸਤਿਗੁਰੂ ਨੇ ਫਿਰ ਅੰਦਰੋਂ ਕਿਰਪਾ ਕਰਕੇ ਉਹਦਾ ਧਿਆਨ ਘਟਾ ਕੇ ਪਿਆਰਿਓ ਉਹਦੀ ਅੱਖ ਖੁਲਾਈ। ਜਦੋਂ ਨੇਤਰ ਖੁੱਲੇ ਤੇ ਸਤਿਗੁਰੂ ਜੀ ਸਾਹਮਣੇ ਗੋਦ ਚ ਬੈਠੇ, ਤਨ ਮਨ ਤਨ ਠਰ ਗਿਆ, ਇਹਦੇ ਕੋਲ ਸ਼ਬਦ ਮੁੱਕ ਗਏ। ਜਿਹੜੀ ਮਾਂ ਤਰਸ ਰਹੀ ਹੋਵੇ ਪੁੱਤਰ ਨੂੰ ਪਿਆਰਿਓ, ਕਈ ਸਾਲਾਂ ਤੋਂ ਉਹਨੂੰ ਮਾਂ ਸ਼ਬਦ ਨਾ ਸੁਣਨਾ ਮਿਲੇ, ਉਹਨੂੰ ਕੋਈ ਮਾਂ ਕਵੇ ਤੇ ਕਹਿਣ ਵਾਲਾ ਇਸ ਦੁਨੀਆਂ ਦਾ ਮਾਲਕ ਹੋਵੇ, ਉਹ ਜਾਣਦੀ ਏ ਪਿਓ ਦੇ ਅੰਦਰ ਕਿਹੜੀ ਠੰਡ ਪਈ ਹੋਏਗੀ। ਤੇ ਠੰਡ ਪਈ ਵਿੱਚ ਅੱਖਾਂ ਰਹੀ ਬਰਸ ਗਈ। ਇੱਕ ਬੇਨਤੀ ਕਰਾਂ, ਇੱਕ ਕਵੀ ਹੋਇਆ ਸ਼ਰਮ ਸਿੰਘ, ਬਹੁਤ ਉਹਦੇ ਅੰਦਰ ਸਤਿਗੁਰੂ ਦਾ ਪਿਆਰ। ਉਹ ਲਿਖਦਾ ਕਲਗੀ ਵਾਲੇ ਪਿਤਾ ਜੀ ਦੇ ਮਹਿਮਾ ਤੇ ਸਤਿਗੁਰੂ ਜੀ ਦੀ ਸਿਫਤ ਸਲਾਹ ਵਿੱਚ। ਉਹ ਕਹਿੰਦਾ, ਜਦੋਂ ਕੋਈ ਸਤਿਗੁਰੂ ਨਾਲ ਅੰਦਰੋਂ ਬਹੁਤ ਵਧੇਰੇ ਪਿਆਰ ਚ ਡੁੱਬ ਜਾਏਗਾ ਤੇ ਉਹਦੇ ਕੋਲ ਸ਼ਬਦ ਮੁੱਕ ਜਾਂਦੇ ਨੇ, ਤੇ ਫੇਰ ਉਹ ਆਪਣੇ ਅੰਦਰ ਦੀ ਗੱਲ ਕਿਵੇਂ ਪੇਸ਼ ਕਰਦਾ ਏ?
ਉਹ ਕਹਿੰਦੇ ਨੂਣ ਨੈਣ ਯਾਖਰ ਕਰ ਦਿੰਦੇ ਹਾਲ ਦਿਲੇ ਦਾ ਰੋ ਕੇ ਰਹਿ ਨਾ ਰੋਕੇ। ਅੱਖਾਂ ਰੋ ਕੇ ਅੰਦਰ ਦਾ ਹਾਲ ਬਿਆਨ ਕਰਦੀਆਂ ਨੇ ਜੋ ਜਵਾਨ ਨਹੀਂ ਕਰ ਸਕਦੇ, ਅੱਖਾਂ ਦਾ ਪਾਣੀ ਬਿਆਨ ਕਰਦਾ। ਵੇ ਸਜਣਾ ਮੈਂ ਕੁਝ ਨਾ ਖਟਿਆ, ਇਸ਼ਕ ਸੱਜਣ ਵਿੱਚ ਹੋ ਕੇ ਦੇਂਦੀ ਖੋਕੇ। ਸੱਜਣ ਮੇਰਾ ਵਾਹਿਗੁਰੂ ਜੀ ਦੀ ਬਾਤ ਚੱਲ ਰਹੀ ਹੈ, ਸੱਜਣ ਸੱਚਾ ਪਾਤਸ਼ਾਹ ਜੀ ਦੀ ਕਹਿਣ ਲੱਗੇ, ਮੈਨੂੰ ਲੱਗਦਾ ਮੈਂ ਕੁਝ ਨਹੀਂ ਖਟਿਆ, ਜਵਾਦ ਜਿੰਦ ਸੀ ਬਿਰਖੋ ਸੱਜਣ ਦਾ ਪਾੜ ਦਿੱਤਾ ਮੇਰਾ ਸੀਨਾ ਸਕਦੀ ਸੀ ਨਾ। ਕਵੀ ਜੀ ਨੇ ਪਿਛਲੇ ਦੋ ਅੱਖਰਾਂ ਨੂੰ ਬੜਾ ਪਿਆਰਾ ਜੋੜਿਆ ਹੈ, ਰੋਕੇ ਤੇ ਰੋ ਕੇ, ਫਿਰ ਕਿਆ ਨੇ ਹੋਕੇ ਤੇ ਹੋ ਕੇ। ਹੋਕੇ ਦਿੰਦੀ ਫਿਰਦੀ ਆ ਉਸ ਪਿਆਰੇ ਸਤਿਗੁਰੂ ਜੀ ਦੀ ਯਾਦ ਅੰਦਰ, ਪਰ ਉਹਦੀ ਹੋ ਕੇ ਹੋਕੇ ਦੇਣੀ ਆ। ਹੁਣ ਕਹਿੰਦੇ ਨੇ ਜਵਾਦ ਜਿੰਦ ਸੀ ਬਿਲਕੁਲ ਸੱਜਣ ਦਾ ਪਾੜ ਦਿੱਤਾ ਮੇਰਾ ਸੀਨਾ ਸਕਦੀ ਸੀ ਨਾ, ਉਹ ਸੀਤਾ ਨਹੀਂ ਜਾਂਦਾ ਝਿੜਕਾਂ ਖਾਂਦੀ ਫਿਰਾਂ ਦਰ ਬਦਾਰ, ਕੋਈ ਜਗਤ ਦਾ ਜੀ ਨਾ ਕਹਿੰਦਾ ਜੀ ਨਾ, ਇੱਕ ਪਿਆਰੇ ਬਾਜੋ ਸ਼ਰਮ ਸਿੰਘਾ ਭਾਵੇਂ ਮੂਲ ਨਾ ਜੀ ਨਾ ਲੱਗਦਾ ਜੀ ਨਾ। ਪਿਆਰੇ ਗੁਰੂ ਤੋਂ ਬਿਨਾਂ ਜਿਉਣਾ ਚੰਗਾ ਨਹੀਂ ਲੱਗਦਾ, ਪਿਆਰੇ ਗੁਰੂ ਤੋਂ ਬਿਨਾਂ ਜੀ ਨਹੀਂ ਲੱਗਣਾ। ਇਸ ਰਾਣੀ ਨੇ ਅੰਦਰੋਂ ਵੇਖਿਆ ਸੀ, ਬਾਹਰੋਂ ਸਾਹਿਬ ਨੂੰ ਜਦੋਂ ਵੇਖਿਆ ਨਾ ਤੇ ਖਜੂਰ ਦੇ ਅੱਖਾਂ ਰਾ ਕੇ ਇਹਨੇ ਮੀਂਹ ਜਿਹਾ ਵਰਸਾ ਦਿੱਤਾ ਤੇ ਸਾਹਿਬ ਕਹਿਣ ਲੱਗੇ, ਮਾਂ ਭੁੱਖ ਮੈਨੂੰ ਵੀ ਲੱਗੀ ਏ ਤੇ ਭੁੱਖ ਤੈਨੂੰ ਵੀ ਲੱਗੀ ਏ, ਤੱਕਿਆ ਜੀ ਜਰਾ ਮੇਰੇ ਸਾਈਂ ਦੇ ਘਰ ਦਾ ਅਨੋਖਾ ਹੀ ਖੇਲ ਏ। ਨਵੇਂ ਗੁਰੂ ਨੇ ਕਿਹਾ ਸੀ ਨਾ, ਖੇਲ ਪਿਆਰਾ ਜ਼ਰੂਰ ਏ ਪਰ ਔਖਾ ਬੜਾ ਏ। ਕਲਗੀਆਂ ਵਾਲੇ ਨੇ ਕਿਹਾ ਸੀ ਜੋ ਤੋਂ ਪ੍ਰੇਮ ਖੇ, ਵਾਹਿਗੁਰੂ ਗੁਰੂ ਨਾਨਕ ਸਾਹਿਬ ਨੇ ਜੋ ਤੋਂ ਪ੍ਰੇਮ ਖੇਲਣ ਕਾ ਚਾਓ। ਕਹਿਣ ਲੱਗੇ ਪ੍ਰੇਮ ਦੀ ਖੇਡ ਜਿਹੜੀ ਏ ਨਾ, ਇਹ ਸਿਰ ਤਲੀ ਤੇ ਧਰਨਾ ਪੈਂਦਾ ਹੈ। ਤੇ ਨਵੇਂ ਗੁਰੂ ਨੇ ਕਿਹਾ ਜਨ ਨਾਨਕ ਇਹ ਖੇਲ ਕਠਨ ਹੈ, ਕਿਨ ਕੋ ਗੁਰਮੁਖ ਜਾਣਾ, ਕੋਈ ਵਿਰਲਾ ਇਹ ਖੇਡ ਖੇਡ ਸਕਦਾ। ਤੇ ਜਦੋਂ ਸਾਹਿਬ ਕਹਿਣ ਲੱਗੇ, ਮਾਂ ਭੁੱਖ ਤੈਨੂੰ ਵੀ ਲੱਗੀ ਏ ਤੇ ਭੁੱਖ ਮੈਨੂੰ ਵੀ ਲੱਗੀ ਹੈ, ਤੇ ਮੈਂ ਚਾਹਨਾ ਵਾ ਉਹ ਭੁੱਖ ਦੇ ਸੰਬੰਧ ਵਿੱਚ ਆਪਾਂ ਦੋ ਕੇ ਮਾਂ ਪੁੱਤ ਰਲ ਕੇ ਪਹਿਲਾਂ ਗੱਲ ਸਾਂਝੀ ਕਰ ਲਈਏ। ਤੇ ਉਸ ਵਕਤ ਸਾਹਿਬ ਆਪ ਹੀ ਬੋਲੇ, ਕਹਿਣ ਲੱਗੇ, ਮਾਂ ਮੈਨੂੰ ਪ੍ਰਸ਼ਾਦ ਦੀ ਭੁੱਖ ਲੱਗੀ ਹੈ ਜੋ ਤੇਰੇ ਹੱਥਾਂ ਤੋਂ ਬਣਿਆ ਛਕਣਾ ਚਾਹਨਾ, ਪਰ ਮੈਂ ਚਾਹਨਾ ਤੂੰ ਮੇਰੀ ਭੁੱਖ ਮਿਟਾਵੇ, ਇਹ ਬਾਅਦ ਵਿੱਚ ਕਰਮ ਕਰਾਂ, ਚਾਹਨਾ ਪਹਿਲਾਂ ਮੈਂ ਤੇਰੀ ਭੁੱਖ ਮਿਟਾ ਦਿਆਂ ਜੋ ਕਈ ਸਾਲਾਂ ਤੋਂ ਲੱਗੀ ਖੋਈ ਹੈ। ਦੱਸ ਮਾਂ ਕੀ ਮੰਗਦੀ ਸੈਂ, ਬੋਲ। ਤੇ ਮਾਂ ਕਹਿਣ ਲੱਗੀ, ਐ ਮੇਰੇ ਸਾਈ ਤੂੰ ਮੈਨੂੰ ਮਾਂ ਕਹਿੰਦਾ, ਮੈਂ ਤੈਨੂੰ ਪੁੱਤ ਨਹੀਂ ਕਹਿ ਸਕਦੇ, ਮੈਨੂੰ ਸਮਝ ਨਹੀਂ ਆਉਂਦੀ ਤੈਨੂੰ ਕਿਹੜੇ ਸ਼ਬਦ ਨਾਲ ਯਾਦ ਕਰਾਂ ਤੇ ਸੰਬੋਧਨ ਕਰਾਂ। ਹੇ ਮੇਰੇ ਪਿਆਰੇ ਪ੍ਰੀਤਮ, ਪਿਆਰੇ ਮਾਂ ਗੁਜਰੀ ਦੇ ਲਾਲਾ, ਦੁਨੀਆਂ ਦੇ ਦਿਲਾਂ ਨੂੰ ਠੰਡ ਪਾਉਣ ਵਾਲਿਆ, ਮੇਰੀ ਇੱਕ ਮੰਗ ਸੀ ਜਦੋਂ ਤੇਰੇ ਘਰ ਨਾਲ ਨਹੀਂ ਸੀ ਨਾ ਜੁੜੀ, ਉਦੋਂ ਦੁਨੀਆਂ ਦੀ ਸਭ ਤੋਂ ਕੀਮਤੀ ਦਾਤ ਮੈਨੂੰ ਪੁੱਤਰ ਨਜ਼ਰ ਆਉਂਦਾ ਸੀ, ਚਾਹੁੰਦੀ ਸਾਂ ਮੇਰੇ ਵਿਹੜੇ ਅੰਦਰ ਇੱਕ ਪੁੱਤ ਖੇਡੇ, ਪਰ ਜਦੋਂ ਤੇਰਾ ਜਾਪ ਕੀਤਾ ਤੇਰੇ ਸ਼ਬਦ ਨਾਲ ਅੰਦਰੋਂ ਜੁੜੇ ਮੰਗ ਬਦਲ ਗਈ ਆ। ਪਤਾ ਨਹੀਂ ਕੀ ਕੀਤਾ ਏ, ਜਿਹੜੀ ਮੰਗ ਮੈਂ 20-25 ਸਾਲ ਤੋਂ ਲੈ ਕੇ ਅਰਦਾਸਾਂ ਕਰਦੀ ਸਾਂ, ਤੇਰਾ ਨਾਂ ਲੈਂਦਿਆਂ ਸਾਰ ਉਹ ਮੰਗ ਬਦਲ ਗਈ। ਪਹਿਲਾਂ ਚਾਹੁੰਦੀ ਸਾਂ ਮੇਰੇ ਵਿਹੜੇ ਅੰਦਰ ਪੁੱਤ ਖੇਡੇ ਤੇ ਮੈਨੂੰ ਭਾਗ ਲੱਗਣ, ਪਰ ਹੁਣ ਮੇਰੀ ਮੰਗ ਇੱਕ ਪੂਰੀ ਕਰ, ਮੈਂ ਨਹੀਂ ਕਹਿੰਦੀ ਮੇਰੇ ਵਿਹੜੇ ਅੰਦਰ ਪੁੱਤ ਖੇਡੇ, ਮੈਂ ਚਾਹੁੰਦੀ ਆ ਹੁਣ ਮੇਰੇ ਹਿਰਦੇ ਦੇ ਵਿਹੜੇ ਦੇ ਅੰਦਰ ਗੁਰੂ ਖੇਡਣਾ ਚਾਹੀਦਾ ਏ, ਜਿਵੇਂ ਬਾਹਰੋਂ ਗੋਦ ਵਿੱਚ ਬੈਠਾ ਏ ਤੇ ਅੰਦਰ ਮੇਰੀ ਗੋਦ ਵਿੱਚ ਬੈਠਾ ਸੈ, ਚਾਹੁੰਦੀ ਆ ਜ਼ਿੰਦਗੀ ਭਰ ਮੇਰੇ ਵਿਹੜੇ ਅੰਦਰ ਗੁਰੂ ਖੇਡਦਾ ਨਜ਼ਰ ਆਵੇ। ਸਤ ਸੰਗੀ ਜਣੋ, ਪਤਾ ਨਹੀਂ ਕਲਗੀਆਂ ਵਾਲੇ ਦੇ ਸਰੂਪ ਤੇਰੇ ਦੀਦਾਰ ਵਿੱਚ ਕਿਹੜੀ ਚੀਜ਼ ਲੁਕੀ ਹੋਏਗੀ, ਜਿਹੜਾ ਤੈਨੂੰ ਦੇਖ ਲੈਂਦਾ ਏ ਉਹ ਪੁੱਤ ਵੀ ਮੰਗਣੇ ਛੱਡ ਦਿੰਦਾ ਤੇ ਕੇਵਲ ਤੈਨੂੰ ਮੰਗਦਾ ਏ। ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ, ਸਾਹਿਬ ਕਹਿੰਦੇ ਜੇ ਤੂੰ ਅਤ ਅੰਗਨੇ ਹਬ ਤਰਤ ਸੁਖਾ ਵੀ ਹੋ,
ਦਸਤੰਤ ਬਾਰੀ ਮੈਂ ਬਾਤ ਨਾ ਪੁੱਛ ਕੋ ਸਤਸੰਗੀ ਜਨੋ ਮੇਰੇ ਇਹੋ ਜਿਹੇ ਪਿਆਰੇ ਸਤਿਗੁਰੂ ਮਹਾਰਾਜ ਜੀ ਕਹਿਣ ਜਰਾ ਉਹਨਾਂ ਦੇ ਸੰਬੰਧ ਅੰਦਰ ਇੱਕ ਪੰਕਤੀ ਪੜੋ ਰਲ ਕੇ ਸਤਸੰਗੀ ਜਨੋ ਮੈਂ ਪੰਕਤੀ ਪਹਿਲਾਂ ਸੁਣਾ ਦੇਣਾ ਵਾ ਤਾਂ ਕਿ ਤੁਸੀਂ ਸਾਰੀਆਂ ਮਤਾਂ ਭੈਣਾਂ ਬਜ਼ੁਰਗ ਵੇਰ ਉਹਨੂੰ ਤਲਗੀਆਂ ਵਾਲੇ ਪਿਤਾ ਜੀ ਨੂੰ ਸਹਿਬ ਬਣਾ ਕੇ ਉਹਦੇ ਚਰਨਾਂ ਦਾ ਧਿਆਨ ਕਰਕੇ ਪੜ ਸਕੋ। ਸ਼ਬਦ ਨੇ ਬਹੁ ਬਹੁਤਾ ਬਹੁ ਮਾਨ ਕਰੇਨੀਆ ਸਹਿਬਾ ਤੇਰੇ ਜਿਕਾ ਫਿਰ ਮੇਰਾ ਸਾਡਾ ਪੇਰੇ ਨਾ ਤਲਗੀਆਂ ਵਾਲਾ। ਪਿਆਰਿਓ ਆਓ ਰੋਜ਼ ਦੀ ਤਰ੍ਹਾਂ ਕਿਰਪਾ ਕਰੋ ਹਜ਼ੂਰ ਦੇ ਚਰਨਾਂ ਦਾ ਧਿਆਨ ਵਿੱਚ ਜੁੜ ਕੇ ਪਿਆਰ ਨਾਲ ਕਹੀਏ ਜੇ ਬਹੁਮਾਨ ਕਰੇਨੀਆ ਸਾਹਿਬਾ ਤੇਰੇ ਜਿਆ ਪੀਰ ਮੇਰਾ ਬਹੁਮਾਨ ਕਰੇਨੀਆ ਸਾਹਿਬਾ ਤੇਰੇ ਜਿਆ ਪੀਰ ਮੇਰਾ ਬਹੁਮਾਨ ਸਜਾਇਆ
ਤੇ ਖਜੂਰ ਜਦੋਂ ਕਿਸੇ ਤੇ ਖੁਸ਼ ਹੁੰਦੇ ਉਹਦੇ ਅੰਦਰੋਂ ਪੂਰਾ ਉਹਨੂੰ ਬਣਾ ਦਿੰਦੇ, ਫਿਰ ਉਹਨੂੰ ਪ੍ਰਚਾਰ ਲਈ ਭੇਜ ਦਿੰਦੇ, ਜਾਓ ਤੇਰੀ ਝੋਲੀ ਸਤਿਗੁਰੂ ਨੇ ਭਰੀ ਏ, ਤੂੰ ਲੋਕਾਂ ਦੀ ਝੋਲੀ ਕੁਝ ਪਾ, ਤੂੰ ਆਪ ਪ੍ਰਾਪਤ ਕੀਤਾ ਏ, ਹੁਣ ਕਿਸੇ ਨੂੰ ਪ੍ਰਾਪਤ ਕਰਵਾ, ਹੁਣ ਆਪ ਜਪੇ ਅਮਰੇ ਨਾਮ ਜਪਾਵੇ। ਤੇ ਪ੍ਰੇਮ ਦਾਸ ਗੁਰੂ ਗੋਬਿੰਦ ਸਿੰਘ ਪਿਤਾ ਜੀ ਦੇ ਚਰਨਾਂ ਤੇ ਲਿਪਟ ਗਿਆ, ਸਤਿਗੁਰੂ ਹੋਰ ਜੋ ਮਰਜ਼ੀ ਸਜ਼ਾ ਦੇ ਪਰ ਆਪਣੇ ਚਰਨਾਂ ਤੋਂ ਦੂਰ ਹੋਣ ਦਾ ਹੁਕਮ ਨਾ ਦੇ। ਤੇ ਸਾਹਿਬਾਂ ਨੇ ਕਿਹਾ ਸੀ, ਪ੍ਰੇਮ ਦਾਸਾ ਤੇਰਾ ਅੰਦਰ ਗੁਰੂ ਨੇ ਭਰਿਆ ਏ, ਮੈਂ ਚਾਹੁੰਦਾ ਤੇਰੇ ਵਰਗੇ ਪਿਆਰੇ ਜਗ੍ਹਾ ਜਗ੍ਹਾ ਹੋਣ, ਤੂੰ ਸਿੱਖੀ ਦਾ ਪ੍ਰਚਾਰ ਕਰਨਾ ਏ। ਪਿਆਰਿਓ ਮੈਂ ਤਾਂ ਬੇਨਤੀ ਪ੍ਰਾਰੰਭ ਕੀਤੀ ਏ, ਇਹਦੇ ਚ ਕੋਈ ਦੋ ਰਾਵਾਂ ਤੇ ਨਹੀਂ ਕਨ, ਕਲਗੀਆਂ ਵਾਲੇ ਅੱਜ ਵੀ ਮੌਜੂਦ ਨੇ, ਪਰ ਜਿਹੜੇ ਰੰਗ ਤੇ ਆਨੰਦ ਤੇਰੇ ਸਰੂਪ ਵਿੱਚ ਰਹਿ ਕੇ ਮਿਲਦੇ ਸਨ ਉਹਨਾਂ ਨੂੰ ਅਸੀਂ ਭੁਲਾ ਨਹੀਂ ਸਕਾਂਗੇ। ਸਤਸੰਗਿਓ ਹੋਇਆ ਕੀ? ਕਹਿਣ ਲੱਗੇ ਪ੍ਰੇਮ ਦਾਸ ਜੀ ਉਦਾਸੀ ਸਨ, ਸਤਿਗੁਰੂ ਜੀ ਦੇ ਚਰਨਾਂ ਵਿੱਚ ਝੁਕੇ, ਸਹਿਬ ਕਹਿੰਦੇ ਜਾ। ਕਹਿਣ ਲੱਗੇ ਮੈਂ ਦਰਸ਼ਨਾਂ ਤੋਂ ਬਿਨਾਂ ਜੀ ਨਹੀਂ ਸਕਦਾ। ਹਜ਼ੂਰ ਕਹਿੰਦੇ ਜਾ, ਜਦੋਂ ਵੀ ਮਨ ਬਹੁਤਾ ਉਤਾਵਲਾ ਹੋਏਗਾ ਨਾ, ਉਦੋਂ ਪੰਜ ਸਿੱਖਾਂ ਦੇ ਦੀਦਾਰ ਕਰੀ, ਪੰਜਾਂ ਵਿੱਚੋਂ ਤੈਨੂੰ ਗੁਰੂ ਨਜ਼ਰ ਆਏਗਾ, ਤੇਰੀ ਭੁੱਖ ਪੂਰੀ ਕਰਾਂਗੇ। ਕਹਿਣ ਲੱਗਾ ਸਤਿਗੁਰੂ ਮੈਂ ਦਰਸ਼ਨਾਂ ਦਾ ਇੰਨਾ ਭੁੱਖਾ ਪਿਆਸਾ ਵਾਂ, ਜੇ ਪੰਜ ਨਾ ਮਿਲੇ ਮੈਂ ਦੀਦਾਰ ਤੋਂ ਬਿਨਾਂ ਮੇਰੀ ਮੌਤ ਹੋ ਜਾਵੇਗੀ, ਮੈਂ ਰਹਿ ਨਾ ਸਕਾਂਗਾ। ਸਤਿਗੁਰੂ ਜੀ ਕਹਿਣ ਲੱਗੇ ਚਾਰ ਮਿਲਣ ਤਿੰਨ ਮਿਲੇ ਇੱਕ ਸਿੱਖ ਦੇ ਦੀਦਾਰ ਕਰੀ, ਜੇ ਸਹਿਬਾ ਇੱਕ ਵੀ ਨਾ ਮਿਲੇ ਤੇ ਫੇਰ ਕੀ ਕਰਾਂਗਾ, ਕਿਉਂਕਿ ਅੰਦਰ ਇੰਨਾ ਜੁੜ ਗਿਆ ਏ। ਜੋ ਸਾਹਿਬ ਨੇ ਆਪਣੇ ਲਈ ਕਿਹਾ ਨਾ, ਉਹ ਮਨੁੱਖਤਾ ਨੇ ਗੁਰੂ ਪ੍ਰਤੀ ਕਿਹਾ, ਚਿੱਤ ਨਾ ਪਇਓ ਖਮਰੋ ਆਵਨ ਕਹਿ, ਤੇਰਾ ਰੱਬ ਦੇ ਘਰੋਂ ਆਉਣ ਨੂੰ ਜੀ ਕਰਦਾ, ਸਿੱਖ ਦਾ ਸਤਿਗੁਰੂ ਜੀ ਤੇਰੇ ਘਰੋਂ ਬਾਹਰ ਜਾਣ ਨੂੰ ਜੀ ਨਹੀਂ ਚਾਹੁੰਦਾ। ਕਹਿਣ ਲੱਗੇ ਜੀ ਇੱਕ ਵੀ ਨਾ ਮਿਲਿਆ, ਜਵਾਬ ਮਿਲਿਆ ਫਿਰ ਪਾਣੀ ਜਾਂ ਸ਼ੀਸ਼ੇ ਵਿੱਚੋਂ ਆਪਣੇ ਦਰਸ਼ਨ ਕਰੀ ਤੇ ਤੈਨੂੰ ਗੁਰੂ ਕਾ ਦੀਦਾਰ ਹੋਏਗਾ। ਕਹਿਣ ਲੱਗਾ ਸਤਿਗੁਰੂ ਜੀ ਕਈ ਵਾਰ ਇਹੋ ਜਿਹੀ ਜਗ੍ਹਾ ਆ ਜਾਂਦੀ ਹੈ ਜਿੱਥੇ ਅੰਦਰ ਜੁੜ ਜਾਏ, ਕਈ ਕਈ ਦਿਨ ਬੈਠੇ ਰਹੀਦਾ ਹੈ ਤੇ ਪਾਣੀ ਕੋਲ ਨਾ ਪੋਵੇ, ਤੇ ਮੈਂ ਪਾਣੀ ਵਿੱਚੋਂ ਆਪਣੇ ਆਪ ਨੂੰ ਵੀ ਨਾ ਦੇਖ ਸਕਾਂਗਾ, ਤੇ ਸਤਿਗੁਰੂ ਹੋ ਸਕਦਾ ਉਸ ਘੜੀ ਇਹਦਾ ਅੰਤ ਹੋ ਜਾਵੇ, ਮੈਂ ਫਿਰ ਕਿਵੇਂ ਰਹਾਂਗਾ। ਤੇ ਸਤਿਗੁਰੂ ਜੀ ਨੇ ਉਦੋਂ ਪਿਆਰ ਦੇ ਕੇ ਇੱਕ ਬਚਨ ਕਿਹਾ ਸੀ, ਕਲਗੀਧਰ ਪਿਤਾ ਜੀ ਕਹਿਣ ਲੱਗੇ ਪ੍ਰੇਮ ਦਾਸਾ ਇੰਜ ਕਰ, ਤੇਰਾ ਜੋ ਨਾਂ ਏ ਉਹ ਕੁਝ ਤੇਰੇ ਅੰਦਰ ਵਰਤ ਰਿਹਾ ਏ, ਜੇ ਪੰਜ ਚਾਰ ਦੋ ਤਿੰਨ ਇੱਕ ਨਾ ਮਿਲੇ, ਜੇ ਤੈਨੂੰ ਪਾਣੀ ਤੇ ਸ਼ੀਸ਼ਾ ਵੀ ਨਾ ਮਿਲੇ, ਜਾ ਤੇਰੇ ਤੇ ਕਲਗੀਆਂ ਵਾਲੇ ਪਿਤਾ ਜੀ ਅੱਜ ਮਿਹਰ ਕਰਦੇ ਨੇ, ਆਪਣਾ ਦਾੜਾ ਸੱਜੇ ਖੱਚ ਦੇ ਨਾਲ ਪਕੜ ਕੇ, ਜਦੋਂ ਦਾੜੇ ਦੇ ਕੇਸਾਂ ਵਿੱਚੋਂ ਤੂੰ ਜਦੋਂ ਕੇਸਾਂ ਦੇ ਦੀਦਾਰ ਕਰੇਗਾ, ਤੈਨੂੰ ਕੱਲੇ ਕੱਲੇ ਕੇਸ ਵਿੱਚੋਂ ਕਲਗੀਧਰ ਪਿਤਾ ਦੇ ਆਪਣੇ ਦੀਦਾਰ ਹੋਣਗੇ। ਸਤਸੰਗਿਓ ਮੇਰਾ ਗੁਰੂ ਸਿੱਖ ਨੂੰ ਪਿਆਰ ਕਿਵੇਂ ਕਰਦਾ? ਸਿੱਖ ਤਾਂ ਕਰਦਾ ਏ, ਤੇ ਗੁਰੂ ਸਿੱਖ ਦੇ ਕੇਸਾਂ ਵਿੱਚ ਵੀ ਬੈਠਾ ਏ, ਤਾਂ ਹੀ ਸਿੱਖ ਪਿਆਰ ਨਾਲ ਕਹਿੰਦੇ ਨੇ, ਵੇਖੀ ਕਿਧਰੇ ਕੇਸਾਂ ਦਾ ਨਿਰਾਦਰ ਨਾ ਕਰੀ, ਇਹ ਮੇਰੇ ਕਲਗੀਆਂ ਵਾਲੇ ਦੀ ਮੋਹਰ ਈ, ਮੋਹਰ ਨੂੰ ਮਿਟਾਉਣ ਵਾਲਿਆ, ਮੋਹਰ ਜੇ ਮਿਟ ਜਾਵੇ ਤੇ ਪਿੱਛੇ ਉਹਦੀ ਕੋਈ ਕੀਮਤ ਛੋੜਾ ਲੱਕੜ ਦੀ ਜਾਂ ਲੋਹੇ ਦੀ ਰਹਿੰਦੀ ਕਹਿ, ਮੋਹਰ ਨੂੰ ਸੰਭਾਲ ਕੇ ਰੱਖੀ, ਇਹਨੂੰ ਰੱਜ ਕੇ ਪਿਆਰ ਕਰੀ, ਉਹਦੇ ਅੰਦਰ ਦੀ ਤੜਪ ਦੇਖੋ, ਉਹ ਪਤਾ ਕਿੱਥੋਂ ਬੋਲ ਰਿਹਾ ਹੈ ਤੇ ਗੁਰੂ ਜੀ ਕਿੱਥੇ ਜਾ ਕੇ ਜਵਾਬ ਦੇ ਰਹੇ ਨੇ। ਉੱਚੇ ਜਿੱਥੇ ਸਿੱਖ ਦੇ ਜੀਵਨ ਦਾ ਆਧਾਰ ਪਾਣੀ ਨਹੀਂ ਰਹਿੰਦਾ, ਰੋਟੀ ਨਹੀਂ ਰਹਿੰਦੀ, ਸਿੱਖ ਦੇ ਜੀਵਨ ਦਾ ਆਧਾਰ ਲੋਕ ਨਹੀਂ ਰਹਿੰਦੇ, ਹਵਾ ਨਹੀਂ ਰਹਿੰਦੀ, ਉਹਦੇ ਜੀਵਨ ਦਾ ਆਧਾਰ ਕੇਵਲ ਦਰਸ਼ਨ ਰਹਿ ਜਾਂਦੇ ਨੇ। ਜਿਹੜਾ ਬਚਨ ਸਤਿਗੁਰੂ ਗੁਰੂ ਅਰਜਨ ਪਿਤਾ ਨੇ ਪੜਾਇਆ, ਪ੍ਰੇਮ ਦਾਸ ਦੇ ਰੋਮ ਰੋਮ ਵਿੱਚੋਂ ਬਚਨ ਨਿਕਲਿਆ ਕਿਹੜਾ, ਉਹ ਕੀ ਕਹਿ ਰਿਹਾ ਸੀ, ਉਹਦੇ ਕੀ ਅੰਦਰ ਦੀ ਭਾਵਨਾ ਸੀ, ਉਹ ਬਚਨ ਬੜੇ ਪਿਆਰੇ ਪੜਨੇ ਜੀ। ਦੇਖ ਜੀਵਾਂ ਗੁਰ ਤੇਰਾ ਦਰਸ਼ਨ, ਦੇਖ ਜੀਵਾਂ ਗੁਰ ਤੇਰਾ, ਦੇਖ ਜੀਵਾਂ ਗੁਰ ਤੇਰਾ ਦਰਸ਼ਨ, ਦੇਖ ਜੀਵਾਂ ਗੁਰ ਤੇਰਾ।
ਚਰਨਾ ਅੰਦਰ ਇੱਕ ਕਿਰਤ ਕਰਨ ਵਾਲਾ ਕਿਰਤ ਕਰਦਾ ਏ, ਪਰ ਸਾਰਾ ਦਿਨ ਗੁਰੂ 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 ਦੀ ਆਵਾਜ਼ ਪੈਦਾ ਕਰੀ ਰੱਖਦਾ, ਉਹਦੇ ਅੰਦਰੋਂ ਗੁਰੂ ਨਹੀਂ ਨਿਕਲਦਾ, ਜ਼ੁਬਾਨ ਤੋਂ ਗੁਰੂ ਪਰੇ ਨਹੀਂ ਹੁੰਦਾ। ਤੇ ਇਹਦੀ ਕਿਰਤ ਦਰਿਆ ਦੇ ਇੱਕ ਕਿਨਾਰੇ ਤੋਂ ਮੁਸਾਫਰ ਚੁੱਕਣੇ, ਬੇੜੀ ਚ ਬਿਠਾ ਕੇ ਦੂਸਰੇ ਕਿਨਾਰੇ ਉਤਾਰ ਦੇਣੇ। ਮੈਂ ਸਾਰਿਆਂ ਚ ਦੋ ਚਾਰ ਕਹਿਣ ਲੱਗਾ ਵਾ, ਚਿਤ ਨਾ ਪਿਓ ਖਮਰੂ ਆਵਨ ਕਹਿ, ਚਿਤ ਕਿਵੇਂ ਨੀ ਚਾਹੁੰਦਾ ਕਿਸੇ ਦਾ ਸੈਦਾ। ਉਹ ਸੈਦਾ ਵੇਗ ਜਦੋਂ ਬੇੜੀ ਦਾ ਮੂੰਹ ਅਨੰਦਪੁਰ ਸਾਹਿਬ ਵੱਲ ਹੁੰਦਾ ਏ ਤੇ ਅਰਦਾਸਾਂ ਕਰਦਾ, ਸਤਿਗੁਰੂ ਮੈਂ ਘਾਟ ਤੇ ਆਉਣ ਲੱਗਾ ਵਾ, ਇਸ ਘਾਟ ਤੇ ਬੜੇ ਮੁਸਾਫਰ ਆਉਂਦੇ ਨੇ, ਤੇਰੇ ਪਿਆਰੇ ਵੀ ਆਉਂਦੇ ਨੇ, ਉਹ ਕਿਹੜੇ ਦਿਨ ਹੋਏਗਾ ਜਦੋਂ ਸਤਿਗੁਰੂ ਤੁਸੀਂ ਆਪ ਵੀ ਮੈਨੂੰ ਘਾਟ ਤੇ ਮਿਲੋਗੇ, ਤੁਸੀਂ ਮੇਰੇ ਘਾਟ ਤੇ ਖਲੋਤੇ ਹੋਵੋਗੇ, ਮੈਂ ਬੇੜੀ ਵੀ ਅੱਗੇ ਕਰਾਂਗਾ ਤੇ ਕਿਰਦਾ ਵੀ ਅੱਗੇ ਕਰਾਂਗਾ, ਮੈਂ ਅੱਖਾਂ ਦੀਆਂ ਪਲਕਾਂ ਅੱਗੇ ਕਰਾਂਗਾ, ਤੁਸੀਂ ਬੇੜੀ ਚ ਬੈਠੋਗੇ, ਮੈਂ ਸੁਰਤ ਕਰਕੇ ਤੁਹਾਨੂੰ ਪਲਕਾਂ ਤੇ ਬਿਠਾਵਾਂਗਾ, ਦਰਿਆ ਵਿੱਚ ਇੱਕ ਤੂੰ ਹੋਵੇਗਾ ਤੇ ਇੱਕ ਤੇਰਾ ਸਿਪਾ ਦਾਲ ਹੋਏਗਾ, ਘੜੀ ਕਦੋਂ ਆਏਗੀ। ਅਰਦਾਸਾਂ ਕਰੀ ਜਾ ਰਿਹਾ, ਰੋਜ਼ ਜਦੋਂ ਸ਼ਾਮਾਂ ਪੈਂਦੀਆਂ ਨੇ ਤੇ ਹੌਕਾ ਜਿਹਾ ਲੈ ਕੇ ਰਾਤ ਘਰ ਬਹਿ ਜਾਂਦਾ ਏ, ਹੋ ਸਕਦਾ ਸਹਿਬਾ ਅੱਜ ਨੀ ਆਇਆ ਕੱਲ ਆ ਜਾਵੇ, ਆਸ ਨਾਲ ਜਿਉਂਦਾ ਏ ਤੇ ਆਸਾ ਕੇਵਲ ਇੱਕ ਸਤਿਗੁਰੂ ਦੇ ਦੀਦਾਰ ਦੀ, ਤੇ ਦੀਦਾਰ ਚਾਹੁੰਦਾ ਮੇਰੇ ਬੇੜੇ ਵਿੱਚ ਹੋਣ। ਹਰ ਸਿੱਖ ਨੂੰ ਚਾਹੀਦਾ ਏ, ਉਹਦੇ ਅੰਦਰ ਗੁਰੂ ਭਾਵਨੇ ਏਦਾਂ ਦੀ ਬਣਾ ਦਿੰਦਾ ਏ। ਉਹ ਕਹਿੰਦਾ ਸਤਿਗੁਰੂ ਭਾਗ ਉਦੋਂ ਲੱਗਣਗੇ ਜਦੋਂ ਹਿਰਦੇ ਦੇ ਵਿਹੜੇ ਵਿੱਚ ਆ ਕੇ ਵਿਹੜੇ ਚ ਬੈਠੇਗਾ, ਤੇ ਜਦੋਂ ਸ਼ਾਮਾਂ ਪੈਂਦੀਆਂ ਨੇ ਰੋਂਦਾ ਸਾਰੀ ਸਾਰੀ ਰਾਤ ਬੰਦਗੀ ਕਰਦਾ ਏ। ਤੇ ਪਿਆਰਿਓ ਇੱਕ ਦਿਨ ਸੱਚਮੁੱਚ ਹੀ ਕਲਗੀਧਰ ਪਿਤਾ ਜੀ ਆ ਹੀ ਗਏ, ਤੇ ਜਦੋਂ ਆਏ ਇਹਨੇ ਅਬੋਲ ਭਾਸ਼ਾ ਅੰਦਰ ਜਿਸ ਮਾਖੀ ਨੂੰ ਇਹ ਵੇਖਣਾ ਚਾਹੁੰਦਾ ਸੀ ਉਹ ਅਣਡਿੱਠਾ ਅੱਜ ਡਿੱਠਾ ਹੋ ਗਿਆ। ਅੱਜ ਸ੍ਰਿਸ਼ਟੀ ਨੂੰ ਭਾਗ ਲਗਾਉਣ ਵਾਲਾ ਅੱਜ ਕੱਲਾ ਇਹਦੇ ਭਾਗ ਜਗਾਉਣ ਲਈ ਆ ਗਿਆ। ਜਦੋਂ ਆਏ ਬੇੜੀ ਚ ਬੈਠੇ ਤੇ ਸੈਦੇ ਕੋਲ ਸ਼ਬਦ ਤਾਂ ਕਹੀ ਨਹੀਂ, ਉਹ ਕੀ ਕਰਦਾ ਏ ਚੱਪੂ ਮਾਰ ਕੇ ਬੇੜੀ ਨੂੰ ਉੱਚੇ ਘੁਮਾਈ ਜਾ ਰਿਹਾ ਹੈ, ਕਿਨਾਰੇ ਨਹੀਂ ਲਾਉਂਦਾ। ਤੇ ਜਦੋਂ ਸਤਿਗੁਰੂ ਜੀ ਕਹਿਣ ਲੱਗੇ ਸੈਦਿਆ ਅਸੀਂ ਪਾਰਲੇ ਕਿਨਾਰੇ ਜਾਣਾ ਏ, ਉਧਰ ਕਿਉਂ ਨੀ ਲੈ ਕੇ ਜਾਂਦਾ, ਤੇ ਉਦੋਂ ਉਸ ਦੇ ਅੰਦਰ ਦੀ ਭਾਵਨਾ ਕੈਸੀ ਪਰਵਾ ਲੇ। ਕਹਿਣ ਲੱਗਾ ਕਲਗੀਆਂ ਵਾਲਿਆ ਆਰ ਪਾਰ ਜਾਣਾ ਇਹ ਲੋਕਾਂ ਦਾ ਕੰਮ ਹੈ, ਤੇਰਾ ਕੰਮ ਆਰ ਪਾਰ ਜਾਣਾ ਛੋੜਾ, ਤੂੰ ਤਾਂ ਪਾਰ ਲਵਾਉਣ ਵਾਲਾ ਏ, ਤੈਨੂੰ ਪਾਰ ਕਿਵੇਂ ਕਰਾਂ, ਮੈਂ ਤੇਰੇ ਕੋਲ ਆਪਾ ਪਾਰ ਕਰਵਾਉਣਾ ਏ। ਸਤਿਗੁਰੂ ਜੀਓ ਮੈਨੂੰ ਪਾਰ ਜਾਣ ਲਈ ਨਾ ਆਖੋ, ਮੈਂ ਪਰਲੇ ਕਿਨਾਰੇ ਬੇੜੀ ਨਹੀਂ ਲਿਜਾਣੀ। ਸਤਿਗੁਰੂ ਕਹਿੰਦੇ ਕਿਉਂ ਭਾਈ, ਕਿਉਂ ਨਹੀਂ ਲਿਜਾਣਾ ਚਾਹੁੰਦਾ? ਕਹਿਣ ਲੱਗਾ ਗਰੀਬ ਅਨਵਾਰ ਪਤਾ ਨੀ ਕਿੰਨੇ ਕੁ ਜਨਮ ਹੋ ਗਏ ਹੋਣਗੇ ਰੱਬ ਦੇ ਚਰਨਾਂ ਵਿੱਚ ਤਰਲੇ ਕਰਦਿਆਂ, ਹੁਣ ਮਨੁੱਖਾ ਸਰੀਰ ਮਿਲਿਆ, ਇਹ ਜ਼ਿੰਦਗੀ ਅੰਦਰ ਕਈ ਸਾਲ ਗੁਜ਼ਰ ਗਏ, ਬੇਨਤੀਆਂ ਕਰਦਿਆਂ ਸਤਿਗੁਰੂ ਜੀਓ ਅੱਜ ਬੇੜੇ ਵਿੱਚ ਆਏ ਹੋ, ਅੱਜ ਮੈਨੂੰ ਰੱਜ ਕੇ ਇਸ ਬੇੜੇ ਵਿੱਚ ਬਿਠਾ ਕੇ ਪਿਆਰੇ ਪ੍ਰੀਤਮਾ ਆਪਣੇ ਤੇਰੇ ਦੀਦਾਰ ਦੀ ਭੁੱਖ ਤੇ ਪਿਆਸ ਪੂਰੀ ਕਰਨ ਦੇ। ਜੇ ਬੇੜੀ ਕਿਨਾਰੇ ਲੱਗ ਗਈ ਸਤਿਗੁਰੂ ਤੁਸੀਂ ਉਤਰ ਕੇ ਚਲੇ ਜਾਣਾ, ਸਹੀਦਾ ਫਿਰ ਕੱਲੇ ਦਾ ਕੱਲਾ ਰਹਿ ਜਾਏਗਾ।
ਇਹ ਚਾਹੁੰਦਾ ਏ ਇਸ ਬੇੜੀ ਵਿੱਚ ਬੈਠੇ ਰਹੋ। ਸਤਿਗੁਰੂ ਪ੍ਰੇਮ ਵੇਖ ਰਹੇ ਨੇ, ਪ੍ਰੇਮ ਪਾਇਆ ਵੀ ਆਪੇ ਨੇ, ਲਾਇਆ ਵੀ ਆਪੇ ਨੇ, ਖਿੱਚ ਪਾਈ ਤੇ ਹੁਣ ਨਿਭਾਤਾ ਵੀ ਆਪੇ ਨੇ। ਕਲਗੀ ਵਾਲੇ ਨੇ ਸੱਚ ਕਿਹਾ ਹੈ ਨਾ, ਸਹਿਬ ਕਹਿੰਦੇ ਸਾਚ ਕਹੋ ਸੁਣ ਲੈ ਹੋ ਸਭ, ਜਿਹਨੂੰ ਪ੍ਰੇਮ ਕੀਓ ਤੈਨੂੰ ਪ੍ਰਭ ਪਾਇਓ। ਜਿਹਨੇ ਪ੍ਰੇਮ ਕੀਤਾ ਉਹਨੇ ਪਾਇਆ। ਜਦੋਂ ਕਾਫੀ ਸਮਾਂ ਇਹਦੀ ਰੀਝ ਪੂਰੀ ਕੀਤੀ ਨੇ ਤੇ ਸਾਹਿਬ ਨੇ ਕਿਹਾ ਹੁਣ ਚੱਲ ਚੱਲੀਏ, ਕਿਨਾਰੇ ਲਾਇਆ। ਦਿਲ ਨੀ ਚਾਹੁੰਦਾ ਪਰ ਹੁਕਮ ਵੀ ਮੰਨਣਾ ਪੈਣਾ ਹੈ। ਥੜਕਦੇ ਖੱਚਾਂ ਨਾਲ ਬੇੜੀ ਨੂੰ ਲਾ ਕੇ ਜਦੋਂ ਸਾਹਿਬ ਉਤਰੇ ਤੇ ਅੱਗੇ ਹੀ ਵੈਰਾਗ ਦੀਆਂ ਤਾਂਗਾਂ ਤੇ ਸਨ। ਸਾਹਿਬ ਨੇ ਹੋਰ ਬਾਣ ਮਾਰ ਦਿੱਤਾ। ਉਹ ਬਾਣ ਮਾਰਿਆ, ਕਹਿਣ ਲੱਗੇ ਸਜਦਿਆਂ ਤੂੰ ਸਾਨੂੰ ਪਾਰ ਕੀਤਾ ਏ, ਆ ਲੈ ਕੁਝ ਇਹਦੀ ਕੀਮਤ ਲੈ ਲਾ। ਜਦੋਂ ਕੀਮਤ ਦੀ ਗੱਲ ਆਈ ਸਜਦਾ ਭੁੱਬਾਂ ਮਾਰ ਕੇ ਰੋ ਕੇ ਕਹਿਣ ਲੱਗਾ, ਵਾਹ ਸਾਈਆਂ ਲੋਕ ਵੀ ਕੀਮਤ ਅਦਾ ਕਰਨ ਤੇ ਅਮੁੱਲਕ ਸਾਈਆਂ ਤੂੰ ਵੀ ਇਹਦਾ ਮੁੱਲ ਪਾਉਣ ਲੱਗ ਪਿਆ ਏ, ਮੈਨੂੰ ਇਹ ਕੌੜੀਆਂ ਨਹੀਂ ਚਾਹੀਦੀਆਂ। ਸਤਿਗੁਰੂ ਕਹਿਣ ਲੱਗੇ ਫਿਰ ਮੰਗ ਕੀ ਚਾਹੀਦਾ। ਕਹਿਣ ਲੱਗੇ ਦਾਤਾ ਤੂੰ ਵੀ ਮਲਾ ਤੇ ਮੈਂ ਵੀ ਮਲਾ। ਮਲਾ ਮਲਾਕਾ ਕੋਲ ਪੈਸੇ ਨਹੀਂ ਲੈਂਦੇ, ਕੁਝ ਹੋਰ ਲੈਂਦੇ ਨੇ। ਆਖਿਆ ਤੂੰ ਕੀ ਚਾਹੁੰਦਾ ਏ, ਤੇ ਉਦੋਂ ਮੰਗ ਮੰਗੀ ਸੀ ਗਰੀਬ ਨਿਵਾਜ, ਪਿਤਾ ਜੀ ਉਹ ਅੱਜ ਮੇਰੇ ਘਾਟ ਤੇ ਆਏ ਹੋ, ਜਿੰਨੀ ਸ਼ਕਤੀ ਦਿੱਤੀ ਏ ਮੈਂ ਦਰਿਆ ਪਾਰ ਕਰਾਉਣ ਜੋਗਾ, ਤੁਸੀਂ ਭਵ ਸਾਗਰ ਪਾਰ ਕਰਾਉਣ ਜੋਗੇ ਹੋ। ਸਤਿਗੁਰੂ ਅੱਜ ਮੇਰੇ ਘਾਟ ਤੇ ਆਏ ਹੋ, ਮੈਂ ਕੀਮਤ ਦੀ ਗੱਲ ਨਹੀਂ ਕਰਦਾ। ਜਦੋਂ ਸਤਿਗੁਰੂ ਜੀ ਤੇਰੇ ਘਾਟ ਤੇ ਆਵਾਂਗੇ ਨਾ, ਕਿਰਪਾ ਕਰਕੇ ਸਜਦੇ ਕੋਲੋਂ ਲੇਖਾ ਨਾ ਪੁੱਛਿਆ ਜੇ, ਇਹਦਾ ਬੇੜਾ ਪਾਰ ਕਰ ਦਿਆ ਜੇ, ਬਸ ਇਹ ਕੀਮਤ ਏ, ਮੈਨੂੰ ਬਖਸ਼ ਲਿਆ ਜੇ, ਕਿਉਂਕਿ ਲੇਖਿਆਂ ਦੇ ਨਾਲ ਵਾਰੇ ਨਹੀਂ ਅਸੀਂ ਆ ਸਕਦੇ। ਇਸ ਦਰ ਤੇ ਪਿਆਰ ਕਰਕੇ ਆਪਾਂ ਦੇ ਕੇ ਵਾਰੇ ਆ ਸਕਦੇ ਹਾਂ। ਪਿਆਰਿਓ ਸਜਦੇ ਨੇ ਜੋ ਕਿਹਾ ਲੇਖਾ ਨਾ ਕਰੀ। ਅਸੀਂ ਵੀ ਕਹੀਏ ਕਲਗੀ ਧਰ ਪਿਤਾ ਜੀ ਜੋਤੀ ਜੋਤ ਸਮਾਨ ਵਾਲਾ ਦਿਨ ਹੈ, ਤੁਹਾਡੀ ਜੋਤੀ ਜੋਤ ਸਮਾਨ ਦੀ ਗੱਲ ਵੀ ਕਰਨ ਨੂੰ ਜੀ ਨਹੀਂ ਚਾਹੁੰਦਾ, ਕਿਉਂਕਿ ਇਹਦੇ ਨਾਲ ਵੀ ਅੰਦਰ ਦੁੱਖ ਦਾ ਏ। ਇਹ ਕਹੀਏ ਅੱਜ ਦੇ ਦਿਨ ਸਤਿਗੁਰੂ ਚਲੇ ਗਏ, ਨਹੀਂ ਦਾਤਾ ਤੂੰ ਕਿਧਰੇ ਨਹੀਂ ਗਿਆ, ਪਰ ਸਾਡੀ ਉਹਦੇ ਵਾਂਗੂ ਇੱਕ ਬੇਨਤੀ ਹੈ, ਸਾਰੇ ਕਿਰਪਾ ਕਰਕੇ ਬੋਲੋ ਜਿਵੇਂ ਸਜਦੇ ਨੇ ਕਿਹਾ, ਉਹ ਬੇਨਤੀ ਕਰੀਏ ਜੀ। ਸਾਡਾ ਲੇਖਿਆਂ ਦੇ ਨਾਲ ਵਾਰਾਉਣਾ ਨਹੀਂ, ਸਹਿਬਾ ਸਾਨੂੰ ਬਖਸ਼ ਲੈ, ਸਾਡਾ ਲੇਖਿਆਂ ਦੇ ਨਾਲ ਵਾਰਾਉਣਾ ਨਹੀਂ, ਸਹਿਬਾ ਸਾਨੂੰ ਬਖਸ਼ ਲੈ, ਸਾਡਾ ਸਾਹਿਬਾ ਸਾਨੂੰ ਬਖਸ਼
पिता महाराज जी दे दर ते सदा अरजोई करनी सतगुरु जी लिखा ना करें साडा लिख कतै ना छोटी है खिम खिम पूलन खार बख्शन खार बख्श लै नानक पार उतार असी खते बहुत कमाम दे अंत ना पारावार हर कृपा करके बख्श लै को पापी वड गुनेगार गल की जिथे भी मेरे तलगियां वाले पिता महाराज जी दे दीदार होए किसी दा जी नहीं चाहुंदा ओ कह रहे हो उन्हें तो दूर होना होए भी क्यों साथ संगत जिस गुरु ने अपने पुत्रां दा जोड़ा बना बना के कुर्बान करान तो बाद भी पता नहीं सतगुरु जी तुहाडा हिरदा किन्ना कु प्यार नाल भरिया होएगा साहिबजादियां दी खबर सुन के भी गिला ते शिकवा नहीं साडे वल खत कीता साज इन्ना प्यार कहिंदे इन पुत्रन के शीस पार वार दिए सुत चार चार मोए तो क्या पया जीवत कई हजार सानू जीवन देन वाले आओ असी तेरे चरणा नालो किवें बिछड़ के परा हो सकदे आ सतसंगी जन एक ने उन्हां दे जीवन दा एक एक पल जदो किसे दीदार कीता ओदा जी नहीं चाहुंदा पना कोण तो इस तो ता परे दी गल कोई नहीं ना जदो सतगुरु पिता जी स्टेज ते खलो के आनपुरी दे अंदर कहन जिन मेरा बनना है उनु अपना शीश ऐ कृपान दी भेट करना पवेगा बंदा मौत नु वेख के बहुत वड्डे वड्डे समझौते करन नु तैयार हो जांदा है प्यारे नु छड़ जांदा है ईसा जी दे 12 चेले जदो सूली वेखी गई ते अपने पैगंबर नाल नाता तोड़ गए सतसंगी जनो वड्डे वड्डे ऋषि मुनि डोल जांदे कान पर जदो कलगियां वाले पिता जी स्टेज ते कृपान लेके आंदे ने मैं चो बाहर कढ़दे ने ते खुले शरे आम के कहिंदे ने मैनूं एक नहीं पंज सीस चाहिदे ने जिन मेरा बनना मैं पंच दी सृजना करनी मैं उन्मंतम शोआ देनिया मैं 10 गुरु साहिबाना दी कमाई ओदे च पानी कह मैनूं पंज सीस चाहिदे ने ते प्यारे भाई दया राम भाई धर्म चंद भाई किमत चंद मोहकम चंद साहिब चंद ओह पंजे वारी वारी सीस इंज आके गुरु चरणा च धर देंदे ने ਜਿਵੇਂ ਕੋਈ ਪ੍ਰੇਮੀ ਕੜਾ ਪ੍ਰਸ਼ਾਦ ਲਿਆ ਕੇ ਗੁਰੂ ਦਰਬਾਰ ਚ ਧਰਦਾ ਤੇ ਸਾਹਿਬਾਨੇ ਉਹ ਸੀਸ ਪ੍ਰਵਾਨ ਕਰ ਲੈ ਪ੍ਰਵਾਨ ਕਰਨ ਤੋਂ ਬਾਅਦ ਇਹ ਨਹੀਂ ਕਿਹਾ ਤੁਸੀਂ ਹੁਣ ਚੇਲੇ ਹੋ ਨਹੀਂ ਸਗੋਂ ਇਹਨਾਂ ਮਾਨ ਦਿੱਤਾ ਨੇ ਫਿਰ ਕਹਿੰਦੇ ਰਹਿਣੀ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸਦਾ ਚੇਰਾ ਸਤਸੰਗੀ ਜਨੋ ਮੇਰੇ ਕਲਗੀਆਂ ਵਾਲੇ ਪਿਤਾ ਮਹਾਰਾਜ ਜਿਨ੍ਹਾਂ ਨੇ ਇਹ ਜਿਹੜੇ ਦਿਨ ਪਰਸੋਂ ਗਏ ਅੱਜ ਮਨਾ ਰਹੇ ਉਹ ਨਾਦੇੜ ਦੀ ਧਰਤੀ ਸੀ ਜਦੋਂ ਕਲਗੀਆਂ ਵਾਲੇ ਪਿਤਾ ਨੇ ਇਹ ਹੁਕਮ ਕੀਤਾ ਸਿੰਘੋ ਜੋ ਰਾਏ ਭੋਇ ਦੀ ਤਲਵੰਡੀ ਤੋਂ ਮਨੁੱਖਤਾ ਦੀ ਝੋਲੀ ਪਾਉਣਾ ਪ੍ਰਾਰੰਭ ਕੀਤਾ ਸੀ ਅੱਜ ਉਹ ਮਕਸਦ ਪੂਰਾ ਹੋ ਗਿਆ ਹੈ ਜੋ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮੈਂ ਪਠਾਇਆ ਦਾ ਬਚਨ ਪ੍ਰਾਰੰਭ ਹੋਇਆ ਸੀ ਅੱਜ ਮੁਕੰਮਲ ਹੋ ਗਿਆ ਹੈ ਜਦੋਂ ਕੰਮ ਮੁੱਕ ਜਾਵੇ ਉਦੋਂ ਹੁਕਮ ਨੂੰ ਮੰਨ ਕੇ ਪਾਸੇ ਹੋਣਾ ਚਾਹੀਦਾ ਹੈ ਸਿੰਘੋ ਇਹ ਪੰਜ ਭੂਤਕ ਸਰੀਰ ਜੋ ਹੈ ਇਹ ਹੁਣ ਸਦਾ ਲਈ ਅਲੋਪ ਕਰਨਾ ਹੈ ਤੁਸਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਉਹਦੇ ਵਿੱਚੋਂ 10 ਗੁਰੂ ਸਾਹਿਬਾਨਾਂ ਦੇ ਦਰਸ਼ਨ ਕਰਨੇ ਨੇ ਸਿੰਘੋ ਤੁਸਾਂ ਨੇ ਪੰਜ ਪਿਆਰਿਆਂ ਨੂੰ ਆਪਣਾ ਗੁਰੂ ਰੂਪ ਜਾਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਗੁਰੂ ਦੀਖਿਆ ਲੈ ਕੇ ਕਮਾਈਆਂ ਕਰੋਗੇ ਤੇ ਅਸੀਂ ਤੁਹਾਡੇ ਅੰਗ ਸੰਗ ਹੋਵਾਂਗੇ ਤੁਹਾਡੇ ਨਾਲ ਵਰਤਾਂਗੇ ਸਾਰਾ ਕੁਝ ਸਿੰਘ ਸੁਣੀ ਜਾ ਰਹੇ ਨੇ ਪਰ ਸਤਿਗੁਰੂ ਨੂੰ ਇੱਕੋ ਅੰਦਰੋਂ ਅਰਦਾਸ ਨਿਕਲਦੀ ਸਤਿਗੁਰੂ ਚਿੱਤ ਨਾ ਪਇਓ ਨਹੀਂ ਚਾਹੁੰਦਾ ਕਹੀਏ ਵੀ ਪਿਆਰੇ ਸਤਿਗੁਰੂ ਜੀ ਤੁਸੀਂ ਸਾਡੀਆਂ ਅੱਖਾਂ ਤੋਂ ਪਰੇ ਹੋ ਜਾਓ ਇਹ ਕਿਵੇਂ ਕਹਿਣ ਸਿਰ ਸੁੱਟੇ ਹੋਏ ਨੀ ਸਾਰਿਆਂ ਨੇ ਚੱਲੇ ਕਵੀ ਸੰਤੋਖ ਸਿੰਘ ਕਹਿੰਦਾ ਸਤਿਗੁਰੂ ਨੂੰ ਕਨਾਤ ਤਾਣੀਏ ਕਨਾਤ ਦੇ ਅੰਦਰ ਗਏ
ਅਖੀਰਲੀ ਵਾਰ ਸਾਰੀ ਸੰਗਤ ਨੂੰ ਦੀਦਾਰ ਜਦੋਂ ਸਤਿਗੁਰੂ ਪਿਤਾ ਜੀ ਦਿੰਦੇ ਨੇ, ਭਾਈ ਦਇਆ ਸਿੰਘ ਜੀ ਅਜੇ ਮੌਜੂਦ ਨੇ, ਭਾਈ ਧਰਮ ਸਿੰਘ ਬਾਕੀ ਪਿਆਰੇ ਚਮਕੌਰ ਦੀ ਗੜੀ ਅੰਦਰ ਸ਼ਹੀਦ ਹੋ ਚੁੱਕੇ ਸਨ, ਹੋਰ ਪਿਆਰੇ ਅਨੇਕਾਂ ਗੁਰੂ ਕੇ ਲਾਲ, ਪਰ ਜਦੋਂ ਉਹ ਕਨਾਤ ਵਿੱਚ ਅਖੀਰਲੀ ਵਾਰੀ ਸਤਿਗੁਰੂ ਪਿਤਾ ਨੇ ਦੀਦਾਰ ਦੇਖ ਕੇ ਕਿਹਾ ਕਨਾਤ ਤੋਂ ਬਾਹਰ ਚਲੇ ਜਾਓ, ਹੁਣ ਉਦੋਂ ਅਨੁਮਾਨ ਲਗਾਓ ਸਿੰਘਾਂ ਨੇ ਕਨਾਤ ਤੋਂ ਬਾਹਰ ਸਰੀਰ ਕੱਢਿਆ ਹੋਏਗਾ ਕਿ ਸਰੀਰ ਤੋਂ ਜਿੰਦ ਕੱਢਣ ਨੂੰ ਜੀ ਕਰਦਾ ਹੋਏਗਾ। ਉਹ ਦਿਨ ਹੈ ਪਿਆਰੋ ਬਾਹਰ ਆ ਗਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਿਵੇਂ ਬਹੁਤੀਆਂ ਨਾਗਣੀਆਂ ਦੀ ਉਹਨਾਂ ਦੀ ਇੱਕ ਮਣੀ ਹੋਵੇ, ਇੱਕ ਸੱਪ ਦੇ ਸਿਰ ਚ ਇੱਕ ਮਣੀ ਹੁੰਦੀ ਹੈ ਨਾ, ਤੇ ਉਹਦੀ ਗਵਾ ਜਾਵੇ ਉਹ ਟੱਕਰਾਂ ਮਾਰ ਮਾਰ ਕੇ ਮਰ ਜਾਂਦਾ ਹੈ। ਕਹਿੰਦੇ ਇੰਜ ਬਣਦਾ ਹੈ, ਇੰਜ ਲੱਗਦਾ ਹੈ, ਹਜ਼ਾਰਾਂ ਖੀ ਲੱਖਾਂ ਖੀ ਇਹਨਾਂ ਸਿੱਖਾਂ ਦੀ ਇੱਕ ਮਣੀ ਹੋਵੇ ਗੁਰੂ ਗੋਬਿੰਦ ਸਿੰਘ ਪਿਤਾ, ਉਹ ਇਹਨਾਂ ਤੋਂ ਪਰੇ ਕੋਣ ਲੱਗੀ ਕਨਾਤ ਦਾ ਪੜਦਾ ਹੈ, ਤੇ ਚੰਦ ਘੜੀਆਂ ਬਾਅਦ ਸਦਾ ਲਈ ਪਰਦਾ ਹੋ ਜਾਣਾ ਹੈ। ਕਹਿਣ ਲੱਗੇ ਨਾ ਇੱਕ ਦੂਜੇ ਨਾਲ ਬੋਲਦੇ ਨੇ, ਨਾ ਸਿੰਘ ਇੱਕ ਦੂਜੇ ਵੱਲ ਵੇਖਦੇ ਨੇ, ਨੀਵੀ ਪਾਈ ਕੈ ਤੇ ਅੰਦਰੋਂ ਇੱਕੋ ਅਰਜੋਈ ਕਰਦੇ ਨੇ, ਸਤਿਗੁਰੂ ਜੀਓ ਤੁਹਾਡੇ ਹੁਕਮ ਨੂੰ ਕੋਈ ਨੀ ਟਾਲ ਸਕਦਾ, ਪਰ ਅੰਦਰ ਨੂੰ ਹੁਣ ਭਾਣੇ ਵਿੱਚ ਰਹਿਣ ਦੀ ਜੇ ਤੂੰ ਨਾ ਤਾਕਤ ਦੇਵੇਂ ਤਾਂ ਇਹਨਾਂ ਦੀ ਮੌਤ ਅਵਸ਼ ਹੋਏਗੀ। ਤੇ ਸਤਿਗੁਰੂ ਕੋਲ ਉਹ ਤਾਕਤ ਹੁੰਦੀ ਏ। ਗੁਰੂ ਹਰਗੋਬਿੰਦ ਪਿਤਾ ਜੀ ਜਦੋਂ ਸਰੀਰ ਤਿਆਗਣਾ ਹੁਕਮ ਕੀਤਾ ਤੇ ਸੰਗਤ ਕੁਰਲਾ ਉੱਠੀ, ਜਦੋਂ ਸਾਹਿਬ ਨੇ ਸਰੀਰ ਤਿਆਗਿਆ ਚਿਖਾ ਤੇ ਰੱਖਿਆ, ਗੁਰੂ ਖਾਰਾ ਸਾਹਿਬ ਜੀ ਮੌਜੂਦ ਨੇ, ਤੇ ਉਦੋਂ ਇਤਨੀ ਕੁ ਅੰਦਰ ਖਿੱਚ ਕੇ ਇੱਕ ਰਾਜਾ ਰਾਮ ਸਿੰਘ ਨੇ ਛਾਲ ਮਾਰ ਦਿੱਤੇ, ਨਾਲੇ ਲਿਪਟ ਗਿਆ ਤੇ ਸਰੀਰ ਤਿਆਗ ਗਿਆ ਚਿਖਾ ਦੇ ਅੰਦਰ। ਹਰ ਕੋਈ ਤਿਆਰ ਹੋ, ਗੁਰੂ ਖਾਰਾ ਸਾਹਿਬ ਨੇ ਅੰਦਰੋਂ ਸ਼ਕਤੀ ਵਰਤਾ ਕੇ ਸਾਰਿਆਂ ਨੂੰ ਰੋਕ ਦਿੱਤਾ। ਬਾਹਰੋਂ ਨਹੀਂ ਰੋਕਿਆ ਜਾਂਦਾ ਕਿਸੇ ਨੂੰ, ਇਹੋ ਜਿਹੇ ਹਾਲਾਤ ਬਣੇ ਹੋਣ, ਅੰਦਰੋਂ ਕਿਰਪਾ ਕਰਕੇ ਰੋਕਿਆ। ਕਲਗੀਧਰ ਪਿਤਾ ਮਹਾਰਾਜ ਜੀ ਨੇ ਪਿਆਰਿਓ ਅੰਦਰੋਂ ਰੋਕ ਕੇ ਕਨਾਤ ਦੇ ਅੰਦਰ ਆਪਣੇ ਪ੍ਰਾਣ ਪੰਖੇਰੋ ਇਸ ਸਰੀਰ ਪਵਿੱਤਰ ਨਾਲੋਂ ਅਲੱਗ ਕਰ ਲੈ, ਤੇ ਅਸੀਂ ਇੱਕੋ ਹੀ ਗੱਲ ਕਹਾਂਗੇ ਨਾ, ਤਨ 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 ਗੁਰੂ ਗੋਬਿੰਦ ਸਿੰਘ ਜੀ ਤਨ 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 ਗੁਰੂ ਗੋਬਿੰਦ ਸਿੰਘ ਜੀ ਤਨ 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 ਗੁਰੂ ਗੋਬਿੰਦ ਸਿੰਘ ਜੀ ਤਨ 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 ਸਿੰਘ ਜੀ ਤਨ 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 ਗੁਰੂ ਗੋਬਿੰਦ ਸਿੰਘ ਜੀ ਤਨ 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 ਗੁਰੂ ਗੋਬਿੰਦ ਸਿੰਘ ਜੀ ਤਨ 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 ਗੁਰੂ ਗੋਬਿੰਦ ਸਿੰਘ ਜੀ ਤਨ। ਉਹਦੇ ਵਰਗਾ ਕੋਈ ਦੂਜਾ, ਆਓ ਸਾਰੇ ਰਲ ਕੇ ਆਖੀਏ ਜੇ ਦੂਜਾ ਨਹੀਂ ਕੋਈ ਤੁਧ ਬਿਨ, ਦੂਜਾ ਨਹੀਂ ਕੋਈ, ਦੂਜਾ ਨਹੀਂ ਕੋਈ ਤੁਧ ਬਿਨ, ਦੂਜਾ ਦੂਜਾ ਨਹੀਂ ਕੋਈ।
ਗੁਰੂ ਜੀ ਵਰਗਾ ਕੋਈ ਦੂਜਾ ਨਹੀਂ ਹੈ। ਤੇ ਇੱਕ ਇੱਕ ਹੋਰ ਅਰਦਾਸ ਕਰੀਏ ਪਿਆਰਿਓ, हे दाता सी जिंदगी भर तेरे तो बिना कोई दूजा होर वेखिए भी ना। जब ये अंदरों आग निकले पाए गए जब ते तुम्हारे तब ते को आंख तरे नहीं आने हो। राम रहीम पुराण कुरान अनेक कहे मात एक ना माने हो। सिमर शास्त्र वेद सब भोपेद कहे हम एक ना जाने हो। श्री अस्पान कृपा तुम्हारी कर मैं न कहो सब ਕੋਈ ਬਖਾਨੀ ਨੂੰ ਕਿਵੇਂ ਕਹਿਣਾ ਕਹਿ ਆਹ ਰਲ ਕੇ ਕਹੀਏ ਜੇ ਨਾ ਦੂਜਾ ਵੇਖਾਲ ਦਾਤਾ ਨਾ ਦੂਜਾ ਵੇਖਾਲ ਨਾ ਦੂਜਾ ਵੇਖਾਲ ਦਾਤਾ ਨਾ ਦੂਜਾ ਜਿਸ ਪਿਆਰ ਨਾਲ ਆਪ ਜੀ ਲਗਾਤਾਰ 8 ਦਿਨਾਂ ਤੋਂ ਸਤਿਗੁਰੂ ਜੀ ਦੇ ਬਚਨ ਸੁਣਨ ਲਈ ਉਦਮ ਤੇ ਚਾਹ ਵਿਖਾ ਰਹੇ ਸੀ, ਮੈਂ ਆਪ ਜੀ ਕੱਲੇ ਕੱਲੇ ਜੀ ਦਾ ਰਣੀ ਤਾਂ ਗੁਰੂ ਘਰ ਦੇ ਪ੍ਰਬੰਧਕ ਵਜ਼ੀਰ ਭਾਈ ਅਵਤਾਰ ਸਿੰਘ ਜੀ, ਭਾਈ ਹਰਬੰਸ ਸਿੰਘ ਜੀ, ਕਰਦਿਆਲ ਸਿੰਘ ਜੀ, ਮੇਰੇ ਤਮਾਮ ਵੀਰਾਂ ਦਾ ਮੈਂ ਧੰਨਵਾਦੀ ਕਾਂ। ਆਓ ਹੁਣ ਕੁਝ ਮਿੰਟ ਸਤਿਗੁਰੂ ਸੱਚੇ ਪਾਤਸ਼ਾਹ ਦੀ ਉਸਤਤ ਰਲ ਕੇ ਕਰੀਏ ਪਾਏ ਦੋ ਤਿੰਨ ਵਾਰ ਵਾਰੀ ਵਾਰੀ, ਫਿਰ ਮਿਲ ਕੇ ਇਸ ਆਨੰਦ ਨੂੰ ਗਵਾਉਣਾ ਨੀ ਤੇ ਕਉ ਬਣਾ ਕੇ ਰੱਖਣਾ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਕਰਨ ਸਾਡੇ ਸਾਰਿਆਂ ਤੇ ਸਾਨੂੰ ਆਪਣੇ ਦਰ ਕਰਦਾ ਪਿਆਰ ਗੁਰਸਿੱਖੀ ਦੀ ਦਾਤ ਆਪਣੇ ਸ਼ੁਭ ਗੁਣਾਂ ਦੀ ਦਾਤ ਸਾਡੀ ਝੋਲੀ ਚ ਭਰਪੂਰ ਕਰ ਦਿਓ। ਆਪ ਨੇ ਇਹ ਅਰਦਾਸ ਕਰਨੀ ਦਸਰੇ ਲਈ ਦਸਰੇ ਦੀ ਅਰਦਾਸ ਸੀ ਸਤਿਗੁਰੂ ਜੀ ਦੇ ਚਰਨਾਂ ਅੰਦਰ ਆਪਾਂ ਸਭਨਾਂ ਨੂੰ ਸਤਿਗੁਰੂ ਜੀ ਨਿਵਾਜਨ ਪੁੱਲ ਚੁੱਕ ਦੀ ਖਿਮਾ ਜਿਤਨੇ ਕੁ ਕਲਗੀਧਰ ਪਿਤਾ ਨੇ ਬਲ ਦੇ ਕੇ ਆਪਣੇ 52 ਬਚਨਾਂ ਚੋਂ 7 ਬਚਨ ਆਪ ਜੀ ਨਾਲ ਸਾਂਝੇ ਕਰਵਾਏ ਹਨ, ਬਾਕੀ ਦੇ ਦਸੰਬਰ ਦੇ ਮਹੀਨੇ 20 ਤੋਂ 31 ਤੱਕ ਬੇਕਰਸਫੀਲਡ ਗੁਰੂ ਘਰ ਵਿਖੇ ਅਗਲੇ ਸਾਲ ਜਦੋਂ ਸਤਿਗੁਰੂ ਨੂੰ ਪਾਇਆ ਇਸ ਅਸਥਾਨ ਤੇ ਰਲ ਮਿਲ ਕੇ ਆਪ ਜੀ ਦਾ ਹੁਕਮ ਜੋ ਮਿਲ ਰਿਹਾ ਪਿਆਰ ਮਿਲ ਰਿਹਾ ਉਹਦੇ ਮੁਤਾਬਕ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਕੇ ਆਪ ਜੀ ਦੇ ਦਰਸ਼ਨ ਕਰਨ ਦਾ ਇੱਛਾਵਾਨ ਰਹਾਂਗਾ। ਅੱਗੋਂ ਸਤਿਗੁਰੂ ਜੀ ਦੀ ਰਜ਼ਾ ਜਿਵੇਂ ਉਹਨਾਂ ਨੂੰ ਪਾਵੇ ਤੇ ਸੰਗਤ ਨੂੰ ਪਾਵੇ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।